ਆ ਦੁੱਧ ਲੈ ਜਾ ਜੀ, ਲੈ ਦੁੱਧ ਹੀ ਬਾਜਾ ਮਾਰੀ ਜਾਂਦਾ। ਕਹਿਣਾ ਕੰਮ ਨੂੰ ਵੀ ਦੁੱਧ ਬੰਦ ਕਰਨਾ ਤੂੰ, ਇਹ ਬੰਦਾ ਮੈਨੂੰ ਲੱਗਦਾ ਨੀ ਕਿਸੇ ਕੰਮ ਦਾ, ਬੰਦਾ ਠਰਕੀ ਹੈ ਇਹ। ਕੰਮੋ ਹਾਂਜੀ, ਗੱਲ ਸੁਣੀ? ਕੀ ਸੁਣਾ, ਮੇਰਾ ਪਹਿਲੇ ਇੰਨਾ ਕੰਮ ਪਿਆ ਗਾ। ਦੱਸੋ ਕੀ ਗੱਲ ਹੈਗੀ? ਉਹ ਦੋਧੀ ਬਾਜਾ ਮਾਰੀ ਜਾਂਦਾ ਗਾ ਤੇ ਇਹਨੂੰ ਦੁੱਧ ਬੰਦ ਕਰ ਦਿਆ, ਦੁੱਧ ਨੀ ਪਾਉਣਾ। ਉਹ ਤਾਂ ਮੈਨੂੰ ਵੀ ਸੁਣ ਗਿਆ, ਪਰ ਦੁੱਧ ਬੰਦ ਕਾਹਦੇ ਵਾਸਤੇ ਕਰਨਾ ਗਾ? ਦੁੱਧ ਆਪਾਂ ਹੋਰ ਬੰਦੇ ਤੋਂ ਲਾਵਾਂਗੇ। ਅੱਗੇ ਹੋਰ ਬੰਦੇ ਤੋਂ ਲਾਵਾਂਗੇ, ਤੁਹਾਡੇ ਤਾਂ ਨਖਰੇ ਠੀਕ ਨੀ ਆਉਂਦੇ। ਕਰਨਾ ਨੀ ਧਰਨਾ ਨੀ ਤੁਸੀਂ ਕੁਛ, ਜਿਹੜੇ ਦੋ ਜਾਣੇ ਘਰੇ ਆਉਂਦੇ ਤੁਸੀਂ ਉਹਨਾਂ ਨੂੰ ਵੀ ਹਟਾ ਦੋ। ਇਹ ਬੰਦਾ ਸਹੀ ਨੀ ਲੱਗਦਾ ਮੈਨੂੰ, ਬੰਦਾ ਹਰਾਮੀ ਹੈ ਇਹ। ਬਸ ਕਰੋ, ਤੁਹਾਨੂੰ ਤਾਂ ਨਾ ਸਾਰੇ ਹਰਾਮੀ ਦਿਸਦੇ ਨੇਗੇ। ਮੈਨੂੰ ਪਤਾ, ਧਾਰ ਸੁਧਾਰ ਵੀ ਕਰ ਲੈਂਦਾ, ਜਦੋਂ ਪੈਸਿਆਂ ਦੀ ਲੋੜ ਹੁੰਦੀ ਹੈ ਪੈਸੇ ਵੀ ਦੇ ਜਾਂਦਾ, ਐਵੇਂ ਨੀ ਬੰਦੇ ਨੂੰ ਬਦਨਾਮ ਕਰੀਦਾ ਹੁੰਦਾ ਬਿਨਾਂ ਗੱਲ ਤੋਂ। ਆਹੋ ਪਤਾ ਮੈਨੂੰ ਸਾਰਾ, ਦੇ ਜਾਂਦਾ ਪੈਸੇ ਵੀ, ਨਾਲੇ ਧਾਰ ਸੁਧਾਰ ਪਾ ਜਾਂਦਾ। ਨਾ ਮੌਜਾਂ ਨਾ ਕਹਿਤਾ ਵੀ ਦੁੱਧ ਬੰਦ ਕਰ ਦੇ, ਨਾ ਮਗਰੋਂ ਕਿੱਥੋਂ ਲੈ ਕੇ ਆਵੇਗਾ। ਮੈਂ ਤੈਨੂੰ ਕਿਹਾ ਕਹਿੰਦਾ ਵੀ ਦੁੱਧ ਨਹੀਂ ਲੈਣਾ ਤੂੰ, ਬੰਦ ਕਰ ਦਿਓ ਤੈਨੂੰ ਦੁੱਧ। ਮੈਂ ਤਾਂ ਨੀ ਕਰਦੀ ਹੈਗੀ, ਠੀਕ ਹੈ ਨਾ। ਮੈਂ ਕਿਹਾ ਫਿਰ ਭਲੇ ਮੂੰਹ ਤੋਂ ਬੁਰੇ ਮੂੰਹ ਆਵਾਂ, ਦੱਸੀ ਮੈਨੂੰ ਜਦੋਂ ਜ਼ਰੂਰਤ ਹੁੰਦੀ ਹਰ ਚੀਜ਼ ਫੜ ਲੈਣੀ। ਉਹ ਤਾਂ ਮੈਂ ਆਉਂਦਾ ਹੋਇਆ ਰਾਸ਼ਨ ਪਾਣੀ ਵੀ ਲਿਆ ਦਿੰਦਾ, ਜੇ ਮੈਂ ਕਹਿੰਦਾ ਵੀ ਬਾਈ ਬਣ ਕੇ ਘਰੇ ਰਾਸ਼ਨ ਹੈ ਨੀਗਾ, ਲਿਆ ਕੇ ਦੇ ਦੀ। ਮੌਜਾ ਲੈ ਕਹਿਤਾ ਦੁੱਧ ਬੰਦ ਕਰ ਦੇ, ਸ਼ੱਕੀ ਇਨਸਾਨ। ਜਦ ਪਵਾ ਲੈ ਦੁੱਧ, ਬਾਜਾ ਮਾਰੀ ਜਾਂਦਾ ਪਵਾਉਂਗੀ ਕੋਈ, ਹੱਦ ਹੋ ਗਈ ਹੈਗੀ। ਪਵਾ ਲਿਆ, ਪਵਾਉਂਗੀ, ਪਹਿਲੇ ਟੋਕ ਟਕਈਆ ਕਰ ਲਿਆ ਕਰ। ਅਲਾ ਘੰਟਾ ਹੋ ਗਿਆ ਦਰਵਾਜ਼ੇ ਚ ਖੜੇ ਨੂੰ, ਆਪਣੀ ਖਾਤਰ ਖੜਾ ਰਹੂਗਾ ਉਹ। ਪਤਾ ਹੀ ਹੈ ਮੈਨੂੰ, ਕਹਦਾ ਮਾਰਾ ਖੜਦਾ ਉਹ ਘੰਟਾ ਘੰਟਾ। ਤੇਰੇ ਨਾਲ ਤਾਂ ਨਾ ਕੋਈ ਜਿੱਦਣ ਦਾ ਫਾਇਦਾ ਨੀ ਹੈਗਾ, ਠੀਕ ਹੈ ਨਾ। ਤੂੰ ਤਾਂ ਨਾ ਚੰਗੇ ਭਲੇ ਇਨਸਾਨ ਨੂੰ ਮਾਰ ਦੇ, ਇਹੋ ਜਗ੍ਹਾ ਐਡੀ ਸੋਚ ਮਾੜੀ ਹੈ ਤੇਰੀ। ਆ ਗਏ ਭਾਈ, ਉਹ ਆ ਜਾਓ ਭਾਈ, ਬੇ ਫੜਾ ਦੇ ਭਾਈ ਦੁੱਧ ਸਾਡਾ, ਇੱਥੇ ਖੜਿਆ ਰਹਿਣਾ ਤੂੰ। ਉਹ ਭਾਈ ਵੇਲਾ ਮੈਂ, ਤੇ ਮੈਂ ਕਿਹੜਾ ਵੇਲੀ ਆ, ਮੈਨੂੰ ਅੱਧਾ ਘੰਟਾ ਹੋ ਗਿਆ ਉੱਥੇ ਦੇਖਦੀ ਨੂੰ ਵੀ ਹੁਣ ਵੀ ਆਇਆ। ਤੇ ਫਿਰ ਬਾਰੀ ਮੁਤਾਬਕ ਹੀ ਫੜਾਇਆ ਜਾਂਦਾ, ਇਹਨਾਂ ਦੇ ਮੈਨੂੰ ਦੁੱਧ ਫੜਾ ਦੇ ਹੁੰਦੇ ਹੋ, ਚਲੋ ਤੁਹਾਡੀ ਵਾਰੀ ਆ ਗਈ, ਤੁਹਾਡੇ ਫੜਾ ਦੂੰ ਮੈਂ। ਇਹ ਤਾਂ ਹੁਣ ਨਿਕਲਦੀ ਨੀ ਅੰਦਰੋਂ, ਪਤਾ ਨੀ ਤੇਰੇ ਨਾ ਕੀ ਗੁਰਮਤੀਆਂ ਕਰਨੀਆਂ ਨੇ, ਘੰਟਾ ਘੰਟਾ ਇਸੇ ਕੋਲ ਹੀ ਖੜਿਆ ਰਹਿਣਾ। ਉਹ ਭਾਈ ਤੈਨੂੰ ਅਕਲ ਨੀ ਹੈਗੀ ਬੋਲਣ ਦੀ, ਕੀ ਬੋਲੀ ਜਾਂਦੀ ਹੈ? ਉਹੀ ਗੱਲ ਕਰਤੀ ਨਾ ਜੀ, ਜਨਾਨੀਆਂ ਦੀ ਗਿੱਚੀ ਪਿੱਛੇ ਮੱਤ ਹੁੰਦੀ ਹੈਗੀ, ਐਵੇਂ ਹੋਰ ਹੀ ਕੁਛ ਬੋਲੀ ਜਾਂਦੀ ਹੈ। ਕੰਮ ਆ ਮੇਰਾ, ਬਾਰੀ ਮੁਤਾਬਕ ਕੀ ਕਰੂੰਗਾ, ਨਹੀਂ ਲੈਣਾ ਹੁੰਦਾ ਨਾਲ ਉਹਦਾ ਤੂੰ ਵਿਆਹ ਜਪਰੇ, ਮੈਂ ਨੀ ਪਾਉਂਦਾ। ਬੇ ਤੂੰ ਤਾਂ ਹੀ ਗੁੱਸਾ ਕਰ ਗਿਆ, ਮੈਂ ਤਾਂ ਚੌੜ ਕਰਦੀ ਆ, ਮੈਂ ਹੋ ਖੀਰ ਖਵਾਉਣੀ, ਬਾਬੇ ਹੋਣਗੇ ਲੈ ਫੜਾ ਦੁੱਧ ਸਾਡਾ। ਮਜ਼ਾਕ ਨੂੰ ਤੇਰੀ ਸਾਲੀ ਲੱਗਦੀ ਆ ਮੈਂ, ਤਾਂ ਭੱਜਾ, ਮੈਂ ਨੀ ਦਿੰਦਾ ਦੁੱਧ, ਨਾਲੇ ਪੈਸੇ ਦੇ ਦੋ ਮੇਰੇ ਹਿਸਾਬ ਕਰਕੇ ਪਹਿਲਾਂ ਵਾਲੇ। ਨਾ ਇਹਨਾਂ ਤੋਂ ਫੜ ਲਾ ਤਾਂ ਪੈਸੇ, ਇਹ ਤਾਂ ਚੈੱਕ ਜ਼ਿਆਦਾ ਕੱਟ ਕੇ ਦਿੰਦੇ ਨੇ। ਉਹ ਭਾਈ ਮੇਰਾ ਠੀਕ ਆ, ਉਹ ਮੇਰਾ ਸਿਸਟਮ ਆ, ਮੈਂ ਅਗਲੇ ਨੂੰ ਭਾਵੇਂ 5 ਲੀਟਰ ਦੁੱਧ ਪਾਵਾਂ, ਮੈਂ ਕਿਸੇ ਤੋਂ ਲਵਾਂ ਨਾ ਲਵਾਂ, ਤੁਸੀਂ ਹਿਸਾਬ ਕਰ ਦਿਓ, ਮੈਂ ਤਾਂ ਵੇਚਣਾ ਨਹੀਂ ਦੁੱਧ, ਜਾਂ ਭੱਜੋ ਹੋਰ ਹੈਗਾ। ਹੁਣ ਅਸੀਂ ਖੜੇ ਪੈਰ ਦੱਸ ਕੇ ਜਿਉਂ ਲਈਏ ਦੁੱਧ, ਜਿਹਦੇ ਮਰਜ਼ੀ ਲਿਆਓ, ਜਾਓ ਭੱਜੋ। ਕਿੱਡਾ ਹੰਕਾਰਿਆ ਹੋਇਆ ਜਮੀ, ਬੇਲੈ ਕਾ ਹੰਕਾਰਿਆ ਹੋਇਆ। ਅੱਛਾ ਤੁਸੀਂ ਤਾਂ ਲੈ ਕਾਲੇ ਆ, ਮੇਰੇ ਨਾਲ ਤਾਂ ਜਿੱਦਾਂ ਦੀ ਲੋੜ ਹੀ ਨਹੀਂ, ਤੁਹਾਨੂੰ ਐਵੇਂ ਬੋਲਣ ਲੱਗ ਜਾਣਗੇ ਕਿ ਮਜ਼ਾਕ ਕਰਦੀ ਆ, ਜਿਵੇਂ ਮੈਂ ਜੀਜਾ ਲੱਗਦਾ ਹੁੰਦਾ। ਉਹ ਆ ਜਾ ਆ ਜਾ ਮੇਰੀ ਮਿਸਰੀ, ਕਦੋਂ ਦਾ ਡਿੱਕੀ ਜਾਂਦਾ ਤੈਨੂੰ ਮੈਂ। ਐਂ ਦਰਵਾਜ਼ਾ ਕੌਣ ਭੰਦਾ ਹੁੰਦਾ, ਇੱਕ ਵਾਰੀ ਕਹਿਤਾ ਸੀ ਨਾ ਆਉਣੀ ਆ। ਤੈਨੂੰ ਪਤਾ ਗਵਾਂਢਣ ਨਾਲ ਲੜ ਪਿਆ ਮੈਂ ਤੇਰਾ ਕਰਕੇ, ਮੈਨੂੰ ਕਹਿੰਦੀ ਇੱਥੇ ਹੀ ਖੜਾ ਰਹਿਣਾ, ਪਤਾ ਨੀ ਕੀ ਗੁਰਮਤੇ ਮਾਰਦਾ, ਹੁਣ ਉਹਨੂੰ ਕੀ ਦੱਸਾਂ ਮੈਂ ਕੀ ਗੁਰਮਤੇ ਆ ਤੇਰੇ ਨਾਲ। ਅੰਦਰ ਹੀ ਬੈਠਾ ਉਹ ਤਾਂ ਕਿਹੜਾ ਤੁਰਿਆ ਜਾਂਦਾ, ਜਦੋਂ ਉਹਨੂੰ ਬਾਹਰ ਆਊ ਨਾ ਉਦੋਂ ਤਾਂ ਮੈਂ ਖਜ਼ਾਨੇ ਭਰਪੂਰ ਕਰ ਦੂੰਗਾ। ਬਸ ਕਰ ਬਸ, ਨਾ ਤੈਨੂੰ ਮੈਂ ਕੱਲ ਕੰਮ ਕਿਹਾ ਸੀ, ਪੈਸੇ ਲਿਆਂਦੇ,
ਮੈਨੂੰ ਜ਼ਰੂਰੀ ਅੱਜ ਪਸੀਨਾ ਖੰਡ ਉੱਥੋਂ ਪੈਸੇ ਚੰਗੇ ਹੋ ਜਾਣ ਦੇ ਅੱਜ ਗੱਡੀ ਵਾਲੇ ਨਾਲ ਹਿਸਾਬ ਜਿਹੜਾ ਦੁੱਧ ਲੈ ਕੇ ਜਾਂਦਾ ਇਹਦੇ 'ਚ ਹੁੰਦਾ ਮੈਨੂੰ ਆਹ ਜਿਹੜਾ ਘਰਾਂ 'ਚ ਫੜਾਉਣਾ ਦੁੱਧ ਕੱਖ ਨਹੀਂ ਬਚਦਾ ਡੈਰੀ ਦੇ ਸਾਡੇ ਵੱਲ ਨੂੰ ਬਿਠਾ ਕੇ ਆਉਣਾ ਤੇਰੇ ਮਹਾਰਾਜ 10,000 ਨਿੱਤ ਦਾ ਕਮਾਉਣਾ ਹੈ ਅੱਛਾ ਉਹ ਹੋਰ ਆਦਾ ਤੇਰੇ ਮਹਾਰਾਜ ਨਾਲ ਦੁੱਧ ਦੁੱਧ ਮੋਣ ਨਾਲੇ ਮੇਰੀ ਗੱਲ ਸੁਣ ਕੱਲ ਤੋਂ ਲੱਸੀ ਤੇ ਦਹੀਂ ਵੀ ਲਿਆ ਲਿਆ ਤੇਰੇ ਨਾਲ ਐ ਚੋਲ ਮੋਗਲ ਜੀ ਕਰ ਜਾਂਦਾ ਤਾਂ ਮੇਰੀ ਗੱਲ ਸੁਣ ਕਿ ਕੱਲ ਤੋਂ ਲੱਸੀ ਦਹੀਂ ਨਾਲੇ ਨਾ ਦੁੱਧ ਪੀ ਲਿਆ ਕਰ ਪਾਈਆ ਹਮਾਰੇ ਪਹਿਲੇ ਵੀ ਤੇਰੀ ਮੋਟੀ ਐ ਉਹ ਮੋਟੀ ਦਾ ਤੂੰ ਹਮਾਰਾ ਗਲੋ ਆ ਜੂ ਡੱਬ ਜੇ ਪੈਂਦੇ ਜਾਂਦੇ ਆ ਤੂੰ ਮਰ ਪਾਉਣਾ ਹੋਰ ਤਾਂ ਕੋਈ ਕੰਮ ਨਹੀਂ ਕੈਲਸ਼ੀਅਮ ਦੀ ਘਾਟ ਲੱਗਦੀ ਆ ਲਿਆ ਦੀ ਫਿਰ ਕੈਲਸ਼ੀਅਮ ਨਹੀਂ ਪਨੀਰ ਫੜਾ ਕੇ ਜਾਇਆ ਕਰੂੰ ਖਾ ਲਿਆ ਕਰੀ ਜਾਂਗਾ ਉਹ ਪ੍ਰੋਟੀਨ ਹੁੰਦਾ ਫਿਰ ਓਹੋ ਕੈਲਸ਼ੀਅਮ ਵਾਧੂ ਹੁੰਦਾ ਉਹਦੇ ਚ ਸਾਰਾ ਕੁਝ ਹੀ ਮਿਲ ਜਾ ਕਰੂ ਪਨੀਰ ਚੋਂ ਠੀਕ ਆ ਨਾ ਹਰ ਰੋਜ਼ ਪਨੀਰ ਹੀ ਬਣਾ ਕੇ ਖਾਇਆ ਕਰ ਠੀਕ ਆ ਚੱਲ ਚੰਗਾ ਪੈਸੇ ਦੇ ਦੀ ਯਾਦ ਨਾ ਮੈਂ ਫੋਨ ਕਰੂੰਗੀ ਮੈਂ ਆ ਡੋਲੂ ਭੇਜਦੀ ਕਿਸੇ ਕੋਲੇ ਜਵਾਕ ਕੋਲੇ ਫਿਰ ਕੱਲ ਨੂੰ ਭਰ ਕੇ ਮੇਰੀ ਗੱਲ ਸੁਣ ਉੱਥੇ ਦੋ ਡੋਲੂ ਨਾ ਲਿਆ ਕੇ ਰੱਖ ਲੈ ਵੱਧ ਹੁਣ ਪਹਿਲਾਂ ਮੈਂ ਡੋਲੂ ਫੜਾਉਣ ਤੇ ਰਹਿਣੀ ਹੈਗੀ ਓ ਯਾਰ ਟਾਈਮ ਨਹੀਂ ਲੱਗਦਾ ਮਿੱਠ ਗਏ ਮੇਰਾ ਬਸ ਦੋ ਡੋਲੂ ਲਿਆਈ ਮੇਰੀ ਖਾਤਰ ਦੋ ਡੋਲੂ ਨਹੀਂ ਲਿਆ ਸਕਦਾ ਤੇ ਜਾਣਾ ਬੰਦਾ ਹੱਡਿਆ ਵਾ ਚੱਲ ਚੰਗਾ ਕਦੋਂ ਦੀ ਗਈ ਆ ਉੱਥੇ ਖੜੀ ਆ ਗੱਲਾਂ ਮਰੀ ਜਾਂਦੀ ਆ ਉਹਦੇ ਨਾਲ ਐ ਨੀ ਵੀ ਮੁੜਿਆ ਮੈਂ ਹੁਣ ਪੌਣਾ ਘੰਟਾ ਹੋ ਗਿਆ ਉਸੇ ਖੜੀ ਨੂੰ ਬਾਹਰ ਚ ਉਹਦੇ ਕੋਲੇ ਪਹਿਲਾ ਗੱਲ ਅਕੇ ਆ ਗਈ ਇੱਥੇ ਟੱਪੀ ਜਾਂਦਾ ਸੀਗਾ ਪੈਸਿਆਂ ਦੀ ਲੋੜ ਸੀਗੀ ਮੈਨੂੰ ਕੱਲ ਮੈਂ ਉਹਨੂੰ ਪੈਸਿਆਂ ਦਾ ਕਿਹਾ ਸੀ ਕਹਿੰਦਾ ਬਈ ਪੈਸਿਆਂ ਦੀ ਟੈਨਸ਼ਨ ਨਾ ਲਿਆ ਕਰੋ ਤੁਸੀਂ ਆਹੋ ਟੈਨਸ਼ਨ ਤਾਂ ਆਪੀ ਨਹੀਂ ਮੇਰੀ ਗੱਲ ਸੁਣ ਸਾਰਿਆਂ ਨੂੰ ਨਾ ਆਪਦੇ ਵਰਗੇ ਨਾ ਸਮਝਿਆ ਕਰ ਤਾਂ ਇੱਥੇ ਤੇਰਾ ਕੋਈ ਰਿਸ਼ਤੇਦਾਰ ਨਹੀਂ ਆਉਂਦਾ ਜੇ ਤੇਰਾ ਸੁਭਾਅ ਇਹ ਜਗਾ ਮੇਰਾ ਸੁਭਾਅ ਕਹੇ ਜਗਾ ਆਉਂਦਾ ਤੇਰੇ ਕਰਕੇ ਨਹੀਂ ਬਸ ਮੇਰੇ ਸਿਰ ਤੇ ਭਾਂਡਾ ਭੰਨਦੇ ਹੁਣ ਅਗਰ ਤੇਰੇ ਕਰਕੇ ਨਹੀਂ ਆਉਂਦੇ ਹੈਗੇ ਰੋਟੀਆਂ ਉਹਨਾਂ ਨੂੰ ਖਾਣ ਨੂੰ ਪਤਾ ਹੀ ਆ ਸਾਰਿਆਂ ਨੂੰ ਪਤਾ ਹੀ ਆ ਸਾਰਿਆਂ ਨੂੰ ਕੀ ਪਤਾ ਮੇਰੀ ਗੱਲ ਸੁਣ ਮੇਰੇ ਦਿਮਾਗ ਨਾ ਖਰਾਬ ਕਰਿਆ ਕਰ ਜਦੋਂ ਆਉਂਦੇ ਆਗੇ ਲੈਣਾ ਲੱਗ ਕੇ ਆ ਜਾਂਦੇ 20-20 ਜਾਣੇ ਦੱਸ ਇੱਥੇ ਕੀ ਹੋਟਲ ਖੋਲਿਆ ਹੋਇਆਗਾ ਮੈਂ ਰੋਟੀਆਂ ਪਕਾਉਣ ਤੇ ਆਗੀ ਰਿਸ਼ਤੇਦਾਰੀ ਚਾਹੁੰਦੀ ਹੁੰਦਾ ਅਗਲਾ ਤੇ ਤੂੰ ਨਹੀਂ ਜਾਂਦੀ ਕਿਸੇ ਦੇ ਤੂੰ ਨਹੀਂ ਖਾਂਦੀ ਜਾਕਰ ਰੋਟੀਆਂ ਮੇਰੀ ਗੱਲ ਸੁਣ ਮੈਂ ਤਾਂ ਹੀ ਜਾਂਦੀ ਨਹੀਂ ਤੇਰੇ ਵਾਲੇ ਤਾਂ ਹਿੱਡਾ ਦੇ ਕੇ ਬਹਿ ਜਾਂਦੇ ਇੱਥੇ ਜਾਂਦੇ ਹੱਡਾ ਦੇ ਕੇ ਜਾਣ ਦਾ ਨਾਂ ਨਹੀਂ ਲੈਂਦੇ ਕਦੇ ਭੈਣ ਆ ਗਈ ਕਦੇ ਭਤੀਜੇ ਆ ਗਏ ਰਹਿੰਦੇ ਹੁੰਦਾ ਦੋ ਚਾਰ ਦਿਨ ਨਹੀਂ ਇੱਕ ਮਿੰਟ ਤੂੰ ਨਹੀਂ ਹੱਤਾ ਲਾ ਕੇ ਆਉਂਦੀ ਸਾਰੇ ਮਹੀਨੇ ਦਾ ਰਾਸ਼ਨ ਖਾ ਜਾਂਦੇ ਮੈਂ ਤਾਂ ਉਹਦੇ ਪੇਕਿਆਂ ਤੇ ਜਾਂਦੀ ਹਾਂ ਜਾਂ ਉਹਨਾਂ ਭੈਣਾਂ ਕੋਲ ਜਾਂਦੀ ਹੋਰ ਕਿਸੇ ਦੇ ਨਹੀਂ ਜਾਂਦੀ ਮੈਂ ਤਾਂ ਤੇ ਫਿਰ ਕਹਿੰਦੇ 20 ਮਿੰਟ ਘੱਟ ਮੁੜੀ ਜਾਂਦਾ ਉੱਥੋਂ ਮੇਰੇ ਮੇਰੇ ਪੇਕਿਆਂ ਦਾ ਘਰ ਮੇਰੀਆਂ ਭੈਣਾਂ ਦਾ ਘਰ ਤੇਰਾ ਕੀ ਢਿੱਡ ਦੁਖਦਾ ਦੱਸ ਮੈਨੂੰ ਤੇ ਫਿਰ ਉਹ ਵੀ ਉਹਨੇ ਪੇਕਿਆਂ ਦਾ ਘਰ ਇਹਦੇ ਕੁਰਗਾਉਂਦੇ ਮਰ ਗਏ ਮਰ ਗਏ ਜਿੰਨਾਂ ਨੇ ਜੰਮਿਆ ਸੀ ਉਹ ਤਾਂ ਮਰ ਗਏ ਮੈਂ ਤਾਂ ਜਿਉਣਾ ਬੈਠਾ ਹਲੇ ਬੈਠਾ ਤੂੰ ਬਾਹਰ ਹੀ ਜਾਂਦਾ ਨਾ ਤੂੰ ਉਹਨਾਂ ਕੋਲ ਹੀ ਵਗ ਜਾ ਠੀਕ ਹੈ ਨਾ ਵਗ ਜਾ ਉਹਨਾਂ ਕੋਲੇ ਕੰਮ ਨਹੀਂ ਕਰਨਾ ਜਵਾਨ ਲਤਰ ਲਤਰ ਚਲਾਈ ਜਾਂਦਾ ਰਹਿੰਦਾ ਕੰਮ ਨਹੀਂ ਕਰਨਾ ਧੰਦਾ ਨਹੀਂ ਕਰਨਾ ਤੂੰ ਕੰਮ ਕਰ ਲੈ ਜਾ ਕੇ ਆਪਦਾ ਹੋਰ ਨਾ ਸਰਵਿਸ ਕਰਾ ਲਈ ਕਿਤੇ ਬਹਿ ਜਾ ਤੁਰ ਤਾਂ ਸਿੱਧਾ ਲਿਆ ਕਰ ਮੇਰੀ ਸਰਵਿਸ ਬਾਅਦ ਚੋਂ ਕਰ ਲਈ ਮੈਨੂੰ ਤਾਂ ਲੱਗਦਾ ਵੀ ਭਾਲਦੀਆਂ ਡਾਂਗਾ ਹਾਂ ਡਾਂਗਾ ਭਾਲਦੀਆਂ ਚਲਾਏਗਾ ਕਿਵੇਂ ਉਹਦਾ ਚੱਲਣਾ ਵੀ ਪਤਾ ਲੱਗੂ ਵੀ ਕਿਵੇਂ ਚੱਲਦੀਆਂ ਹਾਂ ਮੇਰਾ ਪੁੱਤ ਖੀਰ ਖਾਊਗਾ ਹੈ ਖੀਰ ਖਾਏਗਾ ਕੁੱਤੇ ਵਾਂਗੂ ਜੀਵ ਤਾਂ ਤੇਰੀ ਮੂਤ ਦੀ ਆ ਤੇ ਨਾ ਤੂੰ ਲੋਨਾ ਜਵਾਕ ਦਾ ਖੀਰ ਖਾਊਗਾ ਉਹ ਬੋਲਣ ਦਾ ਢੰਗ ਸਿੱਖ ਲੈ ਕੀ ਕਰੂਗਾ ਮੇਰਾ ਢੰਗ ਉਹ ਕੰਜਰ ਅੱਜ ਦੁੱਧ ਨਹੀਂ ਪਾ ਕੇ ਗਿਆ ਵੀ ਮੈਂ ਤਾਂ ਬਾਬਿਆਂ ਦਾ ਨਾਂ ਵੀ ਲਾਤਾ ਵੀ ਬਾਬਿਆਂ ਨੂੰ ਖੀਰ ਖਵਾਉਣੀ ਆ ਇੱਥੇ ਬਾਬੇ ਵੀ ਖੀਰ ਮੰਗਣਗੇ ਉਹ ਦੇ ਕੇ ਕਿਉਂ ਗਿਆ ਦੁੱਧ ਅਗਲਾ ਕਹਿੰਦਾ ਮੈਂ ਪਾਉਂਦਾ ਨਹੀਂ ਦੁੱਧ ਮੇਰਾ ਦੁੱਧ ਮੈਂ ਵੇਚਾ ਚਾਹ ਡੋਲਾਂ ਤੂੰ ਬੋਲੇ ਹੋਏਂਗੀ ਮੈਨੂੰ ਪਤਾ ਤੇਰਾ ਆਹੋ ਮੈਂ ਤਾਂ ਕੁੱਤੀ ਆ
ਸਾਰੀ ਦੁਨੀਆ ਚੰਗੀ ਹੈ, ਮੈਂ ਹੀ ਨਹੀਂ ਕੰਮ ਧੰਦੇ ਦੀ। ਉਹ ਤਾਂ ਮੈਨੂੰ ਪਤਾ, ਜਿਹੜੀ ਮੇਰੇ ਨਾਲ ਵਿਆਹੀ ਹੈ ਕਿਹੜੀ ਕੁੱਤੀ ਹੈ ਕੀ ਹੈ। ਨਹੀਂ ਕੁਛ ਨਹੀਂ ਕੁਛ ਨਹੀਂ, ਉਹ ਤਾਂ ਮੈਂ ਉਹ ਕਹਿਣਾ ਸਿਆਣੀ ਵਾਲੀ ਹੈ ਤੂੰ, ਨਾਲੇ ਦੁੱਧ ਆਪ ਨਹੀਂ ਪਵਾ ਸਕਦਾ, ਲੋਕਾਂ ਦੇ ਬੰਦੇ ਆਪ ਜਾਂਦੇ ਨੇ ਦੁੱਧ ਪਵਾਉਣ। ਉਹ ਘਰੇ ਆਉਂਦਾ ਦੰਦਾ ਫੜਾਉਣਾ, ਤੂੰ ਕੀ ਲੈਣ ਕੇ ਜੁਨਾ ਕਰੇ। ਆਏ ਨਹੀਂ ਆਪਣੇ ਬਾਹਰ ਚ ਚੌਲ ਰਿਜ ਰਿਜ ਕੇ ਪਾਗਲ ਹੋ ਗਏ, ਮਹਾਲੇ ਦੁੱਧ ਫੜ ਲਿਆ। ਦੁੱਧ ਨਹੀਂ ਫੜਾਇਆ ਨੇ, ਬਿਮਾਰੀ ਦੇ ਜਾਣੇ ਨੇ। ਪੈਸੇ ਨਹੀਂ ਦਿੰਦੇ ਯਾਰ, ਕਾਰਲੇ ਕੋਲ ਪੈਸੇ ਦਿੱਤੇ ਨਹੀਂ ਤਾਂ ਹੀ ਤਾਂ ਅਗਲਾ ਦੁੱਧ ਨਹੀਂ ਫੜਾ ਕੇ ਗਿਆ। ਕਹਿੰਦਾ ਹਿਸਾਬ ਕਰ ਦੋ, ਹਿਸਾਬ ਕਰਨ ਨੂੰ ਕਿਹੜਾ, ਇੱਥੇ ਮੈਂ ਠੋਲੂ ਲਈ ਬੈਠੀ ਸੀ ਉਹਦੇ ਵਾਸਤੇ। ਮਹੀਨਾ ਆਊਗਾ, ਇਹ 25 ਦਿਨ ਹੋਏ, 5 ਦਿਨ ਬਾਕੀ ਆ। 1 ਤਰੀਕ ਨੂੰ ਦਿੰਨੇ ਨੇ ਪੈਸੇ, ਨਾਲ 1 ਤਰੀਕ ਨੂੰ ਤਨਖਾਹ ਆਉਂਦੀ ਹੁੰਦੀ, ਤੈਨੂੰ ਪਤਾ ਦੇਗਾ। ਦੁੱਧ ਲਾ ਲੈ ਹੁਣ ਕਿਸੇ ਤੋਂ। ਉਹ ਯਾਰ ਮੈਂ ਜਾਊਂਗਾ, ਦੁੱਧ ਆਪੇ ਫੜਾਇਆ ਕਰੂ, ਹਨਾ ਪੁੱਤ ਓਏ। ਲੈ ਤੂੰ ਜਾਏਂਗਾ ਜਵਾਕ ਤੇ ਮੇਰੇ ਇੱਥੇ ਦੁੱਧ ਨੂੰ ਤੜਫੂਗਾ, ਅਗਲੇ ਨੇ ਦੁੱਧ ਨਹੀਂ ਪੀਣਾ। ਚੱਲ ਮੈਂ ਜਾਣਾ ਡੈਰੀ ਤੇ ਫੜ ਕੇ ਲਿਆਉਣਾ, ਹਨਾ ਪੁੱਤ। ਡੈਰੀ ਵਾਲਾ ਨਹੀਂ ਪੀਂਦਾ ਇਹ, ਨਾਲੇ ਬੱਕਰੀਆਂ ਦਾ ਨਹੀਂ ਆਈ। ਲੈ ਬੱਕਰੀਆਂ ਦਾ ਨਹੀਂ, ਆਹੋ ਬੱਕਰੀਆਂ, ਹਾਂ ਬੱਕਰੀਆਂ ਦਾ ਪੀਂਗਾ, ਕਹਿੰਦਾ ਬੱਕਰੀਆਂ ਦਾ ਪੀਊਂਗਾ। ਚੱਲ ਮੈਂ ਲਿਆਉਣਾ ਪੁੱਤ। ਤਾਂ ਬੌੜਾ ਇਹਨੂੰ ਵਗ ਜਾਣ ਦੇ, ਇਹਨੇ ਤਾਂ ਨਾ ਕੰਮ ਧੰਦਾ ਆਪ ਕਰਨਾ ਨਾ ਤੈਨੂੰ ਕੁਝ ਖਾਣ ਪੀਣ ਦੇਣਾ। ਚੱਲੀ ਆਪਾਂ, ਹੈ ਚੱਲੀ, ਕਹਿੰਦਾ ਮੈਂ ਨਾਲ ਜਾਊਂਗਾ, ਕਹਿੰਦਾ ਕਹਿੰਦਾ ਇਹ ਲੈ ਜਾ ਗਲੇ ਚ ਡੇਗ ਨਾ ਦੇਈ ਕਿਤੇ ਹੋਰ, ਇਹਦਾ ਵਿਚਾਰੇ ਦੇ ਸਿਰ ਤੇ ਮੂੰਹ ਖਾ ਲਿਆ ਮੈਂ। ਏਸੀ ਲੱਗਿਆ ਹੋਇਆ ਤੇ ਬਾਹਰ ਗਰਮੀ ਵਾਲੀ ਆ, ਹਨਾ ਪੁੱਤ, ਹਨਾ ਇੱਥੇ ਆਵਾਜ਼ ਚ ਰਹਿ ਤੂੰ ਠੰਡੀ ਠੰਡੀ, ਹਨਾ। ਚੱਲ ਰੱਖ ਇਹਨੂੰ, ਲਿਆਉਣਾ ਦੁੱਧ ਮੈਂ ਮੇਰੇ ਸਾਹਮਣੇ। ਹਾਂ ਲੈ, ਇਹ ਵੀ ਤੈਨੂੰ ਬੁਲਾਉਂਦਾ, ਇਹ ਕਿਹੜਾ ਘੱਟ ਆ ਵੇ, ਤੈਨੂੰ ਮੈਂ ਨਹੀਂ ਦਿਖਦੀ, ਵਗ ਜਾਣ ਦੇ ਕਿੱਲੜ ਨੂੰ, ਵਗ ਜਾਣ ਦੇ ਪਰਾਂ, ਕੀ ਕਰਾਉਣਾ ਤੂੰ, ਕੀ ਕਰਾਉਣਾ ਵੇ, ਲੈ ਜਾ ਆਪਦੀ ਲਾਜ ਨੂੰ, ਰੋਂਦਾ ਹੈ ਤਾਂ। ਚੱਲ ਫੜ ਜਾ, ਲਿਆ ਲੈ ਫੜ, ਆਇਆ ਜਾ ਮੇਰੇ ਪੁੱਤੂ, ਪਤਾ ਨਹੀਂ ਕੀ ਸੰਘਾਇਆ ਇਹਨੂੰ ਵੀ। ਹਾਂ ਆਹੋ, ਉਹ ਬਾਹਰ ਘੁੰਮਦਾ, ਉਹ ਘੁੰਮਦਾ ਇਹ ਤੇਰੇ ਵਾਲੀਆਂ ਆਤਾਂ ਨੇ, ਆਪਾਂ ਚ ਥੱਲਣੀਆਂ ਪੈਣੀਆਂ। ਕਿਉਂ ਕੀ ਕਰੀ ਜਾਂਦਾ? ਉਹ ਕੁਛ ਨਹੀਂ ਯਾਰ, ਸਲਾਹ ਕਰਦਾ ਸੀਗਾ ਵੀ ਆ ਪਾਥੀ ਜੀ ਥੱਲਦਾ, ਉਹਦੀ ਤਾਂ ਲੈ ਗਈ ਤੇਰੀ ਸੰਗ ਭਰਜਾਈ ਦੀ ਤਾਂ ਜਮਾ। ਥੱਲੇ ਲੱਗ ਗਿਆ ਜਮਾ, ਓਏ ਹੈ ਪਾਥੀਆਂ ਨੂੰ ਕੀੜਾ ਲੱਗ ਗਿਆ ਥੱਲੇ, ਮੈਂ ਕਾਹਨੂੰ ਥੱਲੇ ਲੱਗਿਆ, ਖਰਾਬ ਨਹੀਂ ਨਹੀਂ ਕੀੜਾ ਨਹੀਂ ਲੱਗਿਆ, ਮੈਂ ਭਾਬੀ ਦੇ ਥੱਲੇ ਲੱਗ ਗਿਆ। ਅੱਛਾ ਅੱਛਾ, ਉਹ ਨਾ ਨਾ, ਉਹ ਮੇਰਾ ਨੂੰ ਜੀ ਜਾ ਗਿਆ, ਉਹ ਮੌਸਮ ਠੰਡਾ ਗਾ, ਪਾਥੀਆਂ ਜੀ ਥੱਲ ਦੀਏ। ਬੁੜੀਆਂ ਵਾਲੇ ਕੰਮ ਤੂੰ ਕਰਦਾ, ਸ਼ਰਮ ਨਹੀਂ ਆਉਂਦੀ, ਪਰ 100 ਬੰਦਾ ਲੰਘਦਾ ਕੀ ਕਹੂਗਾ। ਉਹ ਇੱਥੇ ਕੋਈ ਨਹੀਂ ਲੰਘਦਾ, ਨਾਲੇ ਤੂੰ ਲੰਘਣਾ ਵਾ, ਤੂੰ ਗਾਹ ਨਾਲ ਗੱਲ ਕਰੀ। ਮੈਂ ਤਾਂ ਯਾਰ ਉਹ, ਮੈਂ ਤਾਂ ਇਹੋ ਜਿਹੀ ਇੱਕ ਸਕੀਮ ਹੋਵੇ ਯਾਰ, ਮਹੀਨੇ ਦਾ ਦੁੱਧ ਵੀ ਆਉਂਦਾ ਹੋਵੇ ਤੇ ਹਿਸਾਬ ਕਿਤਾਬ ਵੀ ਨਾ ਹੋਵੇ ਭੈਣ ਵੀਰਾਂ ਦਾ। ਸਹੀ ਗੱਲ ਆ ਯਾਰ, ਸਾਡੇ ਤਾਂ ਪਿਛਲੀ ਵਾਰ ਬੁਰੀ ਮੱਝੀ ਮਰ ਗਈ, ਸਾਨੂੰ ਤਾਂ ਪੌੜ ਪੈ ਰਹੀ ਆ, ਜਾਂ ਦੁੱਧ ਨੂੰ ਤਰਸੇ ਬੈਠਿਆ, 45-45 ਸਾਲ ਦੁੱਧ ਹੋ ਜਾਂਦਾ ਯਾਰ, ਕਰੀਏ ਕੀ, ਕਰਨਾ ਕੀ ਆ, ਦੁੱਧ ਲਿਆਓ ਡੈਰੀ ਤੇ। ਉਹ ਮੇਰਾ ਸਾਲਾ ਉਹ ਸਣੀ ਨੀ ਗੱਲ ਸੁਣ, ਉਹ ਉਧਰ ਕੰਮੋਂ ਕੇ ਦੁੱਧ ਦੇ ਜਾਂਦਾ, ਭੈਣ ਦਾ ਵੀਰਾ ਅੱਜ ਮੇਰੇ ਘਰ ਨਹੀਂ ਲੜ ਪਿਆ, ਪਤਾ ਨੀ ਤਾਂ ਹਿਸਾਬ ਕਰੋ, ਇਹ 5 ਦਿਨ ਬਾਕੀ ਪਏ ਆ, ਹੈ ਮੈਂ ਤਾਂ ਦਿੰਦੇ ਹੀ ਨੀ ਪਏ। ਉਹ ਭਰਾਵਾ ਉਹਦਾ ਤਾਂ ਬੜਾ ਸੜਿਆ ਦੁੱਧ ਹੈਗਾ, ਪਿਛਲੀ ਵਾਰ ਕੁੜੀ ਜੀ ਆਈ ਸੀਗੀ, ਕਹਿੰਦੀ ਖੋਆ ਮਾਰਨਾ ਗਾ, ਸਣੀ ਤੋਂ 15 ਕਿਲੋ ਦੁੱਧ ਲੈ ਲਾ, ਉਹ ਕਹਿੰਦੇ ਹਲਵਾਈ ਮਰ ਗਿਆ, ਖੋਆ ਨੀ ਮਰਿਆ, ਜਮਾ ਦੁੱਧ ਪਾਣੀ ਵਰਗਾ ਉਹ ਜਮਾ। ਉੱਪਰ ਉਹ ਤੈਨੂੰ ਪਤਾ ਹੈਗਾ 5-0 ਹੈ, ਉਲਟੇ ਦਿਮਾਗ ਵਾਲਾ ਜਮਾ, ਉਲਟੇ ਦਿਮਾਗ ਵਾਲਾ। ਇੱਕ ਦਿਨ ਮੈਂ ਤੂੰ 1/2 ਕਿਲੋ ਦੁੱਧ ਲੈ ਲਿਆ, 1/2 ਕਿਲੋ ਦੁੱਧ ਚ ਗੁਬਾਰ ਨਿਕਲ ਆਇਆ, ਮੈਂ ਕਿਹਾ ਕੋਈ ਗੱਲ ਨੀ, ਮੈਂ ਕੱਲ ਨੂੰ ਪੁੱਛੂਗਾ, ਮੈਂ ਕਿਹਾ ਮੇਰੀ ਗੱਲ ਸੁਣੋ ਇੱਧਰ, 1/2 ਕਿਲੋ ਬਾਅਦ ਵਿੱਚ ਆਹ ਬਾਲ, ਕੱਲ ਦਿਨ ਹੋਰ 30 ਰੁਪਏ ਚਾਹ ਤਾਂ ਮੈਂ ਜੂੜਾ ਪਾ ਕੇ ਦੇਦਾ, ਇੰਨਾ ਪੁੱਠਾ ਮਰਦਾ। ਮੈਂ ਤਾਂ ਬਾਲ ਦੀ ਗੱਲ ਕਰਦਾ ਕਿ 30 ਰੁਪਏ ਚ ਹੋਰ ਸਾਰਾ ਉਹਦਾ ਸਿਰ ਪਾ ਕੇ ਦੇਣਾ। ਉਹ ਗੱਲ ਆਏ ਆ, ਉਹ ਮੇਰੇ ਘਰ ਵਾਲੀ ਵੀ ਇਹੋ ਜਿਹੀ ਆ, ਉਹ ਬੋਲ ਪੀ ਹੋਊਗੀ, ਉਹ ਤੈਨੂੰ ਪਤਾ ਅਕਲ ਖੋਰਾ ਵਾਲਾ ਮੁਰੇ, ਐ ਐਂ ਬੋਲਦਾ ਪੁੱਠਾ ਮਰਦਾ, ਉਹ ਤੇ ਤੈਨੂੰ ਪਤਾ ਉਹ ਉਹਦੀ ਉਹ ਨਹੀਂ ਕਿਹੜੀ ਆਕੜ ਹੁੰਦੀ ਆ, ਇਹ ਸੁਭਾਗੇ ਤੇ ਨਹੀਂ ਮਾਲੇ, ਭਾਵੇਂ ਦੁੱਧ ਹੀ ਬਣ ਗਿਆ। ਹੋਰ ਗੱਲ ਤਾਂ ਸਹੀ ਆ, ਉਹ ਇਹਨਾਂ ਵਾਲਾ ਵੱਡਾ ਕੈੜਾ ਗਾ, ਇਹ ਹੈ ਨਹੀਂ ਕਿਸੇ ਹਿਸਾਬ ਦਾ। ਲੈ ਤੇਰੇ ਚ ਗੱਲ ਹੁਣ ਹੋਏਗੀ, ਤੈਨੂੰ ਵੀ ਗੱਲ ਦਾ ਪਤਾ, ਮੈਨੂੰ ਵੀ ਪਤਾ। ਹਾਂ ਉਹ ਹੁਣ ਜਿਹੜੇ ਗੁਰਤੇਜ ਕੀ ਹੈਗੇ, ਉਹ ਹਿਸਾਬ ਦੀਆਂ ਗੱਲਾਂ ਕਰਦਾ ਤੂੰ, ਉਹਨਾਂ ਦੇ ਖਾਤੇ ਖੁੱਲੇ ਨੇ। ਇੱਕ ਗੱਲ ਹੈ,
ਉਹ ਖਾਤੇ ਖੁੱਲੇ ਤੇ ਫਿਰ ਉਧਰ ਪਿਓ ਵੀ ਖੁੱਲੀ ਆ, ਫਿਰ ਘਰ ਵਾਲੀ ਵੀ ਜਾਂਦੀ ਆ, ਫਿਰ ਪ੍ਰਵਕਤ ਨੂੰ ਪਤਾ ਪੁੱਛਦਾ ਕੀ ਆ। ਉਹ ਤਾਂ ਚੱਲ ਅਗਲੇ ਦੀ ਸਿਰਦਰਦੀ ਆ ਯਾਰ, ਸਿਰਦਰਦੀ ਕਿਉਂ ਬਾਈ? ਵਿਆਹ ਕਰ ਦੋ, ਛੋਟੀ ਉਮਰੇ ਵਿਚਾਰੀ ਦਾ ਵਿਆਹ ਕਰਤਾ, ਉਹ ਰਹਿੰਦਾ ਖੁੰਦਾ ਗੁਰਤੇਜ ਨੂੰ ਰੱਬ ਨੇ ਮਾਰ ਪਾਤੀ, ਉਹ ਮਾੜਾ ਹੋਇਆ ਯਾਰ। ਉਹ ਤਾਂ ਹੁਣ ਕਹਿੰਦੇ ਹੁੰਦਾ ਵੀ ਸਾਬਰ ਨੀ ਹੁੰਦਾ ਹਨਾ, ਵੀ ਐ ਤਾਂ ਹੈ ਨੀ ਟਾਈਮ ਪਾਸ ਕਰਨ ਵਾਲੀ ਗੱਲ ਆ ਯਾਰ। ਨਹੀਂ ਮੈਨੂੰ ਤਾਂ ਨੀ ਲੱਗਦੀ ਸਹਿ ਸਿਆਣੀ ਯਾਰ, ਉਹ ਸਿਆਣੀ ਕੁੜੀ। ਮੈਂ ਤਾਂ ਤਾਂ ਹੀ ਤਾਂ ਕਹਿੰਦੀ ਵੀ ਅਗਲਾ ਸਰਦਰਦੀ ਕੁਛ ਮਰਜ਼ੀ ਕਰੇ, ਐਸੇ ਤੇਰਸ ਤੇ ਮਿੱਟੀ ਕੱਢਣਾ। ਲੋਕ ਕਿਉਂ ਕਹਿੰਦੇ ਯਾਰ ਲੋਕ ਤਾਂ ਵੀ ਮੇਰੇ ਸਾਥ ਖੜੇ ਹੋਏ ਨੇ ਯਾਰ। ਨਹੀਂ ਮੈਨੂੰ ਸਿਆਣੀ ਯਾਰ, ਮੇਰੇ ਤਾਂ ਨਾ ਕਦੇ, ਮੈਂ ਬਹੁਤੀ ਵਾਰੀ ਗਿਆ ਯਾਰ, ਮੇਰੇ ਨਾਲ ਤਾਂ ਕੋਈ ਗੱਲਬਾਤ ਇਹੋ ਜਿਹੀ ਲੱਗੀ ਨਹੀਂ ਹੈ ਕਿ ਉਹ ਸਾਡੇ ਤੇ ਗਵਾਂਢੀ ਆ ਹੈ, ਪਰ ਦੋਧੀ ਭੈਣ ਲਾ ਵੀਰ ਉਹ ਮੇਰੇ ਤੋਂ ਗਾਲਾਂ ਸੁਣਦਾ ਉਹ। ਓਏ ਮੈਂ ਵੀ ਇੱਕ ਦੋ ਵਾਰ ਦੇਖਿਆ, ਮੈਨੂੰ ਦੋ ਵਾਰ ਗਿਆ ਨਾ ਕੱਪੜੇ ਕੁਪੜੇ ਲੈਣ ਤੇ, ਏਡੀ ਪੂ ਡੂ ਪੂ ਜਾਂਦੀ ਆ। ਮੈਂ ਵੀ ਤੇਰੀ ਭਰਜਾਈ ਨੂੰ ਲੈ ਕੇ ਜਾਂਦਾ ਹੁੰਦਾ ਗਾ, ਮਜ਼ਾਕ ਆ ਉੱਥੇ ਅੱਖ ਚੱਕ ਕੇ ਗੱਲ ਕਰ ਲੈ ਨਾ, ਜਦੋਂ ਮੈਂ ਆ ਗਿਆ ਐਡਾ ਘੁੰਡ ਮੂਹਰੇ ਭਾਜੀ ਬਿਨਾਂ ਕਿਸੇ ਨਾਲ ਗੱਲ ਨਹੀਂ ਕਰਨੀ। ਉਹਨੂੰ ਆਪਾਂ ਗਲਤ ਕਿਵੇਂ ਕਹਿ ਸਕਦੇ ਆ? ਬਸ ਇੱਕ ਆਹੀ ਆ ਪਿੰਡ ਚ ਖੋਟਰ ਦਾ ਜਿਹੜੀ ਬਦਨਾਮ ਹੋਈ ਜਾਂਦੀ ਆ ਦੋਧੀ ਕਰਕੇ। ਕੋਈ ਗੱਲ ਨੀ, ਇਹਦਾ ਮੈਂ ਇੱਧਰ ਮਾਟਾ ਆਉਂ ਉਹਨੂੰ, ਮੇਰੇ ਸਾਲੇ ਨੂੰ ਇੱਧਰ ਆਇਆ ਤੇ ਲੱਪਾਂ ਵੱਡੂ ਭਾਈ ਦੁੱਧ ਸਾਨੂੰ ਨਹੀਂ। ਮੇਰਾ ਤਾਂ ਮੇਰੇ ਤਾਂ ਕਦੇ ਕਦੇ ਅੱਜ ਦੁੱਧ ਲਿਆਵਾਂ ਖੀਰ ਬਣਾਉਣੀ ਆ ਜਵਾਬ ਦਾ ਬਣਾ ਲਈ। ਗੱਲ ਤਾਂ ਸੁਣ ਲਾ, ਮੇਰੇ ਤਾਂ ਕਦੇ ਕਦੇ ਦਿਲ ਕਰਦਾ ਨਾ ਵੀ ਉਹ ਰੱਬ ਦੇ ਬੰਦੇ ਨੂੰ ਦੱਸਿਆ ਮਾ ਗੁਰਤੇਜ ਨੂੰ ਵੀ ਤੇਰੇ ਘਰੇ ਤਾਂ ਆਹ ਕੰਮ ਹੋਈ ਜਾਂਦਾ, ਚਾਹੇ ਤਾਂ ਉਹਦੇ ਥਾਪੜੇ ਲਾ ਦੇ ਦੋਧੀ ਦੇ, ਚਾਹੇ ਉਹਨੂੰ ਸਮਝਾ ਦੇ। ਹਾਂ ਹਾਂ ਚਾਹੇ ਕਰ ਯਾਰ, ਉਹਦਾ ਘਰ ਨਾ ਪੱਟਿਆ ਜਾਵੇ ਗਰੀਬ ਦਾ। ਭਾਵੇਂ ਉਹ ਚਲਾਕ ਬੰਦਾ ਘਰ ਪੱਟਿਆ ਜਾਵੇ, ਮੁੜ ਕੇ ਉਹ ਵਿਚਾਰੇ ਨੂੰ ਰਿਸ਼ਤਾ ਨੀ ਹੋਣਾ ਨਾ ਵਿਆਹ ਹੋਣਾ ਵਿਚਾਰੇ ਦਾ, ਮੁੜ ਕੇ ਔਖਾ ਹੋ ਜੂ ਹੈਂ। ਗਵਾਂਢ ਚ ਕਹਿੰਦੇ ਔਤ ਵੀ ਮਾੜਾ ਹੁੰਦਾ, ਗਵਾਂਢ ਔਤ ਦਾ ਮਾੜਾ ਹੁੰਦਾ ਭਾਵੇਂ ਉਹ ਮਰ ਗਿਆ, ਭਾਵੇਂ ਮੁੜ ਕੇ ਭੂਤ ਬਣ ਕੇ ਚਿੰਬੜੀ ਜਾਇਆ ਕਰੂਗਾ, ਮੁੜ ਕੇ ਔਖਾ ਹੋ ਜੂਗਾ ਹੈਂ। ਗੁਰਤੇਜ ਕੁੜੀ ਚੱਲ ਉਹਦੀ ਗੱਲ ਕੰਨ ਚ ਪਾ ਕੇ ਆਈਏ, ਕਿਤੇ ਉਦੋਂ ਨੂੰ ਸਾਰਾ ਕੰਮ ਖਰਾਬ ਹੋ ਜੇ, ਇੰਨੀ ਗੱਲ ਤਾਂ ਦੱਸ ਹੀ ਸਕਦੇ। ਗਵਾਂਢ ਕਰ ਉਹ ਤਾਏ ਨੇ ਫੜ ਲਿਆ ਸੀ, ਮੈਂ ਤਾਏ ਨੂੰ ਆਖਿਆ ਮੈਂ ਤੂੰ ਆਪ ਤੋਂ ਮਸਾ ਚੱਲਦਾ ਡਾਂਗ ਤੇ ਚੱਲਦਾ, ਤੇ ਮੈਂ ਉਹਨੂੰ ਛੱਡੀ ਜਵਾਕ, ਉਹ ਮੈਂ ਤਾਇਆ ਨੂੰ ਮਜ਼ਾਕ ਕਰਦਾ, ਤੂੰ ਲੈ ਸਿੱਟੂ ਗਈ ਅਗਲਾ ਕਿਉਂ ਫੜਾਇਆ ਤੂੰ ਉਹਨੂੰ? ਉਹ ਨਹੀਂ ਛੱਡਦਾ, ਉਹ ਮੂੰਹ ਕਰਦਾ ਵੱਧ, ਬੱਚੀ ਮੂੰਹ ਨੇ ਮਾਰ ਲਿਆ। ਲੈ ਹੁਣ ਤਾਏ ਨੂੰ ਕਿਵੇਂ ਜਵਾਬ ਦਿੰਦਾ, ਤੇ ਇੰਨਾ ਟਾਈਮ ਲਾਤਾ, ਉਹ ਬਾਹਰ ਮੂਹਰੇ ਤੇ ਬੈਠਾ ਹੁੰਦਾ ਯਾਰ, ਹੁਣ ਤਾਇਆ ਤੂੰ ਇੰਨਾ ਟਾਈਮ ਲਾਤਾ ਦੁੱਧ ਲਿਆਉਣ ਨੂੰ? ਮੈਂ ਟਾਈਮ ਲਾਤਾ? ਓਹੋ ਯਾਰ ਲੱਕੀ ਮਿਲ ਗਿਆ ਸੀ। ਹਾਂ ਲੱਕੀ ਵਿਚਾਰਾ ਮਿਲ ਗਿਆ ਸੀ। ਉਹ ਵਿਹਲੇ ਹੀ ਆ ਗਲੀਆਂ 'ਚ ਫਿਰਨ ਨੂੰ ਕੁੱਤਿਆਂ ਵਾਂਗ? ਉਹ ਨਹੀਂ ਕੁੱਤਿਆਂ ਵਾਂਗ ਨਹੀਂ ਫਿਰਦਾ, ਉਹ ਜਨਾਨੀਆਂ ਵਾਂਗ। ਉਹ ਕੰਮ ਧੰਦਾ ਹੈ ਨਹੀਂ ਇਹਨੂੰ, ਉਹ ਕੰਮ ਹੀ ਕਰੀ ਜਾਂਦਾ ਸੀ। ਆਹੋ ਵਿਹਲੀ ਰੰਨ ਪਰਾਉਣੇ ਜੋਗੀ ਕੁੜੀਆਂ ਨੂੰ ਦੇਖਦਾ ਹੋਣਾ ਉੱਥੇ। ਉਹ ਨਹੀਂ ਨਹੀਂ ਉਹ ਇੰਨਾ ਕਿੱਥੇ ਆ, ਉਹ ਕੁੜੀਆਂ ਦੇਖਣੇ ਵਿਚਾਰੀ ਭਾਬੀ ਨੇ ਮੱਤ ਮਾਰੀ ਪਈ ਆ, ਜੇ ਮੇਰੀ ਕਿਉਂ ਭਾਬੀ ਨੇ ਕਿਉਂ ਹੋਰ ਪਾਥੀਆਂ ਲਾਇਆ ਪਿਆ, ਪਾਥੀਆਂ ਤੇ ਲਾਇਆ ਪਿਆ ਸੀ ਉਹ ਪਲਟ ਕਰਨ, ਪਾਥੀਆਂ ਕਲਾ ਮੈਂ ਜਨਾਨੀਆਂ ਦਾ ਕੰਮ ਆ ਕੋਈ ਲਏ ਪਾਥੀਆਂ ਪਲਟਦਾ ਸੀ ਹੈ? ਉਹ ਹੱਥ ਮੈਂ ਉਲਟੀ ਲੱਗਦਾ ਸੀ ਪਾਥੀਆਂ ਇਹ। ਹਾਂ ਮੈਂ ਕਿਹਾ ਜਨਾਨੀਆਂ ਦਾ ਕੰਮ ਹੁੰਦਾ ਤੇ ਬੰਦੇ ਦਾ ਥੋੜੀ ਕੰਮ ਹੁੰਦਾ। ਸਾਰੇ ਬੰਦੇ ਤੇਰੇ ਵਰਗੇ ਨਹੀਂ ਹੈਗੇ ਬੇਕਾਰ ਸਿਰੇ ਦੇ, ਵੀ ਜਨਾਨੀਆਂ ਤੋਂ ਹੀ ਕੰਮ ਕਰਾਈ ਜਾਣ, ਆਪ ਨਾਲ ਕੋਈ ਕੰਮ ਧੰਦੇ ਚ ਹੱਥ ਨਾ ਬਟਾਉਣ। ਦੇਖ ਲੈ ਲੱਕੀ ਵਰਗਾ ਹੈਗਾ ਕੋਈ ਸਿਆਣਾ? ਆ ਇੱਕ ਤੂੰ ਆ ਵਿਹਲਾ ਰੋਟ ਖਾਣ ਤੇ ਗਿੱਜ ਗਏ ਇੱਥੇ। ਮੈਂ ਵਿਹਲਾ? ਮੈਂ ਤੈਨੂੰ 20-25 ਹਜ਼ਾਰ ਕਮਾ ਕੇ ਲਿਆਉਣਾ, ਉਹਦੇ ਫੜਾ ਲੈਣਾ, ਕੋਈ ਨਸ਼ਾ ਪੱਤਾ ਨਹੀਂ ਕਰਦਾ, ਮੈਂ ਵਿਹਲਾ ਹੀ ਆ। 20-25 ਹਜ਼ਾਰ ਲਿਆਉਣਾ? ਤੇ ਜੇ ਤੂੰ ਇੱਥੇ ਕੋਈ ਕੰਮ ਵਾਲਾ ਰੱਖੇ ਬੰਦਾ
ਕਿੰਨਾ ਪੈਸਾ ਲੱਗੇ ਤੇਰਾ, ਮੈਂ ਸਾਰਾ ਘਰ ਦਾ ਕੰਮ ਨੀ ਕਰਦੀ, ਤੇਰਾ ਕੋਈ ਹੱਕ ਨੀ ਹੈਗਾ ਵੀ ਨਾਲ ਇਹਦੇ ਕੰਮ ਕਰਾ ਦਿਆ ਕਰਾਂ, ਲੱਕੀ ਨੀ ਪਾਥੀਆਂ ਥੱਲੀ ਜਾਂਦਾ ਉਹ ਵੇਲਾ, ਤੇ ਤੂੰ ਤੂੰ ਵੀ ਤਾਂ ਵਿਹਲਾ ਹੀ ਅੱਜ, ਮੈਂ ਵੇਲੇ ਅੱਜ ਵਿਹਲਾ, ਫਿਰ ਇੱਕ ਦਿਨ ਰੈਸਟ ਵੀ ਕਰਨੀ ਪੈਂਦੀ ਆ, ਰੈਸਟ ਕਰਨੀ ਪੈਂਦੀ, ਸਰੀਰ ਨੂੰ ਰੈਸਟ ਜ਼ਰੂਰੀ ਆ, ਜੇ ਸੱਲ ਘਟ ਜਾਣਾ ਫਿਰ ਟਾਈਫਾਇਡ ਹੋ ਜਾਂਦਾ, ਟਾਈਫਾਇਡ ਹੋ ਜਾਂਦਾ ਫਿਰ ਦਵਾਈ ਲੈਣੀ ਪੈਂਦੀ ਆ, ਦਵਾਈ ਲੈ ਕੇ ਆਉਣੀ ਪੈਂਦੀ ਆ, ਡਾਕਟਰ ਕੋਲ ਜਾਣਾ ਪੈਂਦਾ, ਡਾਕਟਰ ਕੋਲ ਜਾਵਾਂਗੇ ਪੈਸੇ ਲੱਗਣਗੇ, ਤੇ ਫਿਰ ਐ ਕਰ, ਪੈਸੇ ਨਹੀਂ ਲੱਗੇ ਨਾ ਤੂੰ ਕੁਛ ਬਾਹਰੋਂ ਖਾਣ ਪੀਣ ਨੂੰ ਫੜ ਲਿਆ, ਅੱਜ ਅੱਜ ਰੋਟੀ ਨਹੀਂ ਬਣਾਉਂਦੇ ਆਪਾਂ, ਲੈ ਉਹ ਜ਼ਰੂਰੀ ਪੈਸੇ ਖਰਚ ਕਰਨੇ ਆ, ਫਿਊਚਰ ਚ ਫਿਊਚਰ ਬਾਰੇ ਸੋਚਿਆ ਯਾਰ, ਫਿਊਚਰ ਬਾਰੇ ਵੀ ਕਿਹੜਾ ਫਿਊਚਰ, ਅੱਛਾ ਹੁਣ ਵਾਲੇ ਟਾਈਮ ਬਾਰੇ, ਆਪਾਂ 1000-1000 2000 ਰੁਪਏ ਜਮਾ ਕਰਾਂਗੇ ਨਾ ਬੁਢਾਪੇ ਵੇਲੇ, ਨਜ਼ਾਰੇ ਲਵਾਂਗੇ, ਨਹੀਂ ਜਵਾਕਾਂ ਦੇ ਕਿੰਨੀ ਝੱਕਣਾ ਪਿਆ ਕਰੂਗਾ ਆਪਾਂ ਨੂੰ, ਆ ਜਵਾਕ ਤੈਨੂੰ ਪਤਾ ਨਹੀਂ ਆ, ਹੁਣ ਹੀ ਸ਼ਰਾਰਤੀ ਵਾਲਾ ਹੋ ਅੱਗੇ ਵੱਡਾ ਹੋ ਕੇ ਦੇਈ ਗੜਾ ਪ੍ਰੋਫਿਟ ਤੈਨੂੰ, ਨਹੀਂ ਦੇਣਗੇ ਪਰੌਂਠੇ ਨਾ ਦੇਵੇ, ਜਾ ਕੇ ਆਪਾਂ ਗੁਰਦੁਆਰੇ ਬਹਿ ਜਾਾਂਗੇ, ਜਿਹੜੀ ਜ਼ਮੀਨ ਆ ਉਹ ਵੀ ਗੁਰੂ ਘਰ ਦੇ ਨਾਲ ਲਵਾਵਾਂਗੇ, ਪਰ ਇਹ ਜਿਲਾਤ ਤੋਂ ਕਰਾਉਣਾ ਵੀ ਕੀ ਆ, ਐ ਕੋਈ ਨਹੀਂ ਉਹਦਾ ਮੋਰਾਂ ਚ ਮਾਰੂਗਾ ਪਹਿਲਾਂ, ਨਾਮ ਲਾਉ ਜ਼ਮੀਨ ਫੇਰ ਭੇਜੂਗਾ ਗੁਰਦੁਆਰੇ, ਐ ਤਾਂ ਹੋਰ ਨਾ ਕਰਦੇ ਹੋ, ਤੂੰ ਅੱਜ 버ਗਰ ਫੜ ਲੈ, ਰੋਟੀ ਰੋਟੀ ਨਹੀਂ ਮੇਤੋਂ ਬਣਦੀ, ਦੁੱਧ ਲਾ ਨਾ ਉਹ 버ਗਰ ਬਿਮਾਰੀ ਦਾ ਘਰ ਹੁੰਦਾ, ਗੱਲ ਸੁਣ 버ਗਰ ਦੇਖ, 5 ਦਿਨ ਪਹਿਲਾਂ ਆਟਾ ਗੁੰਨਦੇ ਆ ਠੀਕ ਆ, ਫਿਰ ਡਬਲ ਰੋਟੀਆਂ ਨਾਲ ਪਤਾ ਨਹੀਂ ਕਿਹੜੇ ਕਿਵੇਂ ਕਿਵੇਂ ਹੱਥ ਨਾਲ ਬਣਾਉਂਦੇ ਨੇ, ਪਰ ਯਾਰ ਰਹਿਣ ਦੇ ਤੂੰ, ਆ ਅਰਫੈਂਡ ਉਹ ਪਤਾ ਨਹੀਂ 40 ਦਿਨਾਂ ਦਾ ਉਹੀ ਉਹ ਕਰੀ ਜਾਂਦੇ ਰਹੇ, ਖਾਣੀ ਨਹੀਂ ਚਾਹੀਦੀ 버ਗਰ ਬੁਰਗਰ ਤੇ, ਕੈਂਸਲ ਕਰ, ਤੂੰ ਐ ਕਹਦੇ ਵੀ ਮੈਂ ਲਿਆਉਣ ਦਾ ਮਾਰਾ ਕਹਿਣਾ, ਜੇ ਤੈਨੂੰ ਕਿਸੇ ਨੇ ਬੇੜੇ ਗਲੀ ਦੀ ਬੁੜੀ ਨੇ ਕਿਹਾ ਹੁੰਦਾ ਨਾ ਵੀ 버ਗਰ ਲਿਆ ਦੇ, ਤੂੰ ਨਾਲ ਮੋਮਸ ਵੀ ਲਿਆਉਂਦਾ, ਨਿਊਡਲ ਵੀ ਲਿਆਉਂਦਾ, ਉਹ ਫਿਰ ਉਹਨੂੰ ਲਿਆਉਂਦਾ, ਬਿਮਾਰੀ ਆ ਬਿਮਾਰ ਹੁੰਦੇ, ਬਿਮਾਰ ਹੋ ਜਾਂਦੇ ਪੈਸੇ ਲੱਗਦੇ, ਫਿਰ ਗਰੀਬ ਹੁੰਦੇ, ਫਿਰ ਆਪਾਂ ਤੋਂ ਐ ਐ ਸੋਚਿਆ ਕਰ, ਕੋਈ ਨਾ ਆਪਾਂ ਨਾ ਬਿਮਾਰ ਹੋ ਜਾਾਂਗੇ, ਵਾਲੀ ਤੇਲ ਵਾਲੀ ਸਬਜ਼ੀ ਖਾਣੀ ਨਹੀਂ ਚਾਹੀਦੀ, ਅੱਜ ਆਪਾਂ ਵਰਤੇ ਰੱਖਦੇ ਆ, ਆ ਖੀਰ ਬਣਾਉਂਗੀ ਮਨਵੀਰ ਜੋਗੀ ਖਾ ਲਈ, ਹਾਂ ਖੀਰ ਬਸ ਮੈਂ ਤਾਂ ਖੀਰ ਲਿਆ ਦੇ ਬਸ, ਇੰਨੀ ਨਹੀਂ ਬਣਾਉਂਦੀ ਭਾਈਆ ਕੀ ਚੋਲ ਨੇ, ਤਾਂ ਭਾਈਆ ਬਹੁਤ ਆ, ਮੈਂ ਭਾਈਆ ਨਾਲ ਕਟੋੜਾ 10 ਜਣੇ ਰੱਜ ਜਾਂਦੇ ਆ, ਆਹੋ ਤੂੰ ਤਾਂ 15 ਕਿਲੋ ਨਾਲ ਵੀ ਰੱਜਦਾ, ਐ ਕਈ ਨਾਲ ਪ੍ਰਸ਼ਾਦ ਬਣਾ ਲਿਓ ਵੇ, ਤਲਿਆ ਹੋਇਆ ਖਾਏਗਾ ਬਿਮਾਰ ਹੋ ਜਾਏਗਾ, ਉਹ ਨਹੀਂ ਉਹ ਰਫੈਂਡ ਚ ਹੁੰਦਾ, ਰਫੈਂਡ ਤੇ ਤੇਲ ਚ ਬੜਾ ਫਰਕ ਆ, ਦੇਸੀ ਕਿਉਂ ਹੈ ਨਹੀਂ, ਉਹ ਦੇਸੀ ਕਿਉਂ ਨਹੀਂ, ਰਫੈਂਡ ਤੇਲ ਚ ਬਣਾ ਲਾ, ਤੇਲ ਚ ਥੋੜਾ ਦੇਗ ਬਣਦੀ ਆ, ਉਹ ਦੇ ਫਿਰ ਐ ਕਰ ਪੂੜੇ ਬਣਾ ਲਾ ਤੇਲ ਚ, ਵੀ ਉਹੀ ਤਾਂ ਗੱਲ, ਤਲਿਆ ਹੋਇਆ ਖਾਏਗਾ ਬਿਮਾਰ ਹੋਏਗਾ, ਡਾਕਟਰ ਦੇ ਜਾਏਗਾ, ਡਾਕਟਰ ਦੇ ਪੈਸੇ ਲੱਗਣਗੇ, ਤੂੰ ਰਹਿਣ ਦੇ, ਤੂੰ ਮੇਰੇ ਆ ਡਾਇਲੌਗ ਮੇਰੇ ਤੇ ਨਾ ਮਾਰਿਆ ਕਰ, ਕਿਹੜਾ ਕੰਮ ਕਰਨਾ ਆ ਫਿਰ, ਜਿਵੇਂ ਤੂੰ ਕਰਦਾ ਬਣਾ ਲਈ, ਚੰਗਾ ਪੂੜੇ ਬਣਾ ਲਈ, ਚਾਰਕ ਬਣਾ ਲਈ ਬਸ, ਬਹੁਤ ਆ ਤੈਨੂੰ, ਹੋਰ ਨਾ ਇੱਥੇ ਮੈਂ ਬਣਾ ਲਾਂ ਕਿਤੇ ਗੁਲਗੁਲੇ, ਤੇ ਫਿਰ ਖੀਰ ਚ ਬਦਾਮ ਪਾ ਲਈ, ਕਾਜੂ ਬਦਾਮ ਪਾ ਲਈ, ਤਾਇਆ ਤਾਇਆ ਆਇਆ ਆ ਗਿਆ ਪੁੱਤ ਲੰਘਿਆ, ਓਏ ਆ ਗਿਆ ਆ ਗਿਆ ਆ ਗਿਆ, ਹੋਰ ਸੁਣਾ ਤਾਇਆ ਕਿਵੇਂ ਆ, ਠੀਕ ਠਾਕ ਵਧੀਆ ਪੁੱਤ, ਹੋਰ ਵਧੀਆ, ਕਿਵੇਂ ਇੱਥੇ ਬੈਠਾ, ਮਾੜੀ ਮੋਟੀ ਖਬਰ ਖੁਬਰ ਰੱਖਿਆ ਕਰ ਬਾਹਰ ਅੰਦਰ ਦੀ, ਔਖਾ ਹੋ ਜਾਂਦਾ ਬਾਅਦ ਦੇ ਵਿੱਚ, ਬਾਹਰ ਅੰਦਰ ਦੀ ਖਬਰ, ਹੋਰ ਮੈਂ ਸਮਝ ਨੀ ਤੇਰੀ ਗੱਲ, ਕੁਛ ਜ਼ਿਆਦਾ ਸਾਫ ਸਾਫ ਦੱਸ, ਉਹ ਤਾਇਆ ਇੰਨੀ ਗਰਮੀ ਦੇ ਵਿੱਚ ਤੈਨੂੰ ਸਾਫ ਸਾਫ ਦੱਸਣੀ ਆਇਆ ਮੈਂ, ਹੋਰ ਮੈਂ ਤੇਰੇ ਘਰੇ ਕਿੰਨਾ ਕਾਉਣਾਗਾ, ਤੂੰ ਲੰਘਦਾ ਟੱਪਦਾ ਤੇਰੇ ਨਾਲ ਬੋਲ ਪੈਣਾਗਾ ਮੈਂ, ਪਤਾ ਤਾਂ ਹੈਗਾ ਤਾਇਆ ਨਾਲੇ ਮੇਰਾ, ਚਲੋ ਸਾਡਾ ਚਾਹ ਬਣਾਈਏ ਪਹਿਲਾਂ, ਚਾਹ ਕਿਉਂ ਤਾਂ ਯਾਰ, ਦੁੱਧ 'ਚ ਪੱਤੀ ਪਾਇਆ ਕਰੋ, ਤੁਸੀਂ ਕੰਮ ਵਾਲੀਆਂ ਗੱਲਾਂ ਕਰਦੇ ਹੋ, ਤੁਹਾਡੇ ਦੁੱਧ ਖੁੱਲ੍ਹਾ, ਦੁੱਧ ਕਹਾਂ ਲੈਣਾ ਉਹਦੀ ਪੰਜੀ ਦੇਣੀ ਨਹੀਂ, ਤੁਹਾਨੂੰ ਕੀ ਟੈਨਸ਼ਨ ਆ,
ਪੰਜੀ ਕਿਉਂ ਨਹੀਂ ਦੇਣੀ ਯਾਰ, ਅਸੀਂ ਪੈਸੇ ਦਿੰਦੇ ਹਾਂ ਦੁੱਧ ਦੇ। ਕਿੰਨਾ ਦੁੱਧ ਹੁੰਦਾ ਤੁਹਾਡੇ? ਦੁੱਧ ਸਾਡਾ ਬੰਨਿਆ ਵਾ 3 ਲੀਟਰ 3 ਕਿਲੋ। ਹਾਂ, ਡੇਲੀ ਦਾ? ਡੇਲੀ ਦਾ, ਤੇ ਸ਼ਾਮ ਦਾ ਲਾ ਕੇ 6 ਕਿਲੋ ਹੋ ਗਿਆ ਹਨਾ। ਹਾਂ, 6 ਕਿਲੋ ਦੁੱਧ। 6 ਕਿਲੋ ਦੇ ਕਿੰਨੇ ਪੈਸੇ ਬਣ ਗਏ ਤੈਨੂੰ ਪਤਾ? 300 ਰੁਪਏ 400 ਰੁਪਏ ਬਣ ਗਏ, ਚੱਲ ਮੋਟਾ ਹਿਸਾਬ ਲਾ ਲਾ। ਹਾਂ, ਤੇ ਮਹੀਨੇ ਦੇ ਕਿੰਨੇ ਰੁਪਏ ਹੋ ਗਏ? ਤੂੰ ਲਾ ਲਾ, ਹੁਣ ਪੜ੍ਹਿਆ ਲਿਖਿਆ ਮੈਂ ਤਾਂ ਅਨਪੜ੍ਹ ਬੰਦਾ। ਚੱਲ ਤੂੰ ਮੋਟਾ ਹਿਸਾਬ ਲਾ ਯਾਰ, ਤੂੰ ਮਾਲਾ 10,000 ਲਾ ਲਾ। ਚੱਲ ਤੂੰ 10,000 5,000 ਦੁੱਧ ਪੀ ਜਾਂਦੇ ਹੋਵੋਗੇ ਹਨਾ, ਤੇ ਤੂੰ 10-12,000 ਬਣਦਾ। ਤੂੰ ਐਂ ਦੱਸ ਕੰਮ ਕੀ ਮਤਲਬ ਤੁਹਾਡਾ ਚੱਕਰ, ਤੂੰ ਕੰਮ ਕੀ ਕਰਦਾ? ਤੂੰ ਕਦੇ ਦਿੱਤੇ ਪੈਸੇ ਦੁੱਧ ਵਾਲੇ ਨੂੰ? ਸੱਚੀ ਗੱਲ ਦੱਸੀ, ਹੁਣ ਝੂਠ ਨਾ ਬੋਲੀ। ਮੈਂ ਤੈਨੂੰ ਪਤਾ ਚੁਗਲੀ ਨਹੀਂ ਕਰਦਾ, ਨਾ ਮੈਂ ਨਿੰਦਿਆ ਕਰਾਂ। ਉਹ ਤਾਂ ਤੇਰੀ ਗੱਲ ਠੀਕ ਹੈ, ਮੈਂ ਤਾਂ ਕੰਮ ਆਇਆਗਾ। ਦੇਖ ਆਪਣੀ ਲਿਹਾਜ਼ ਵਧੀਆ, ਮੇਰੇ ਭਾਪੇ ਨਾਲ ਤੇਰੀ ਵਧੀਆ, ਤੁਸੀਂ ਆਉਣੇ ਜਾਣੇ ਵਰਤਦੇ ਹੋ ਹਨਾ। ਹੁਣ ਚੱਲ ਤੇਰਾ ਬਿਮਾਰੀ ਠਮਾਰੀ ਕਰਕੇ ਨਹੀਂ ਟਾਈਮ ਲੱਗਦਾ। ਤੇਰੀ ਦੁੱਧ ਦੇ ਪੈਸੇ ਤੇਰੀ ਤਾਈ ਲੈ ਕੇ ਜਾਂਦੀ ਹੈ ਮੈਥੋਂ? ਲੈ ਕੇ ਤਾਂ ਹੈ, ਤੂੰ ਗੱਲ ਨੂੰ ਸਮਝਦਾ ਨੀ ਯਾਰ, ਤੂੰ ਗੱਲ ਤੇ ਨੀ ਆਉਂਦਾ। ਪਰ ਮੇਰੇ ਦਿਮਾਗ ਚ ਵੀ ਪਾ, ਮੈਂ ਅਨਪੜ੍ਹ ਬੰਦਾ, ਤੂੰ ਦੱਸ ਮੈਨੂੰ। ਤੂੰ ਮੈਂ ਤੈਨੂੰ ਪੁੱਛੀ ਇੰਨਾ, ਤੂੰ ਅੱਜ ਤੱਕ ਪੈਸੇ ਨਹੀਂ ਦਿੱਤੇ, ਮੰਨਦਾ ਨਾ ਇਹ ਗੱਲ? ਦਿੱਤੇ ਨਹੀਂ ਨਾ ਤੂੰ? ਜਦ ਤੈਨੂੰ ਕਿਸੇ ਐਂ ਕਿਹਾ ਹੋਵੇ, ਠੀਕ ਹੈ ਵੀ ਦੁੱਧ ਵਾਲਾ ਪੈਸੇ ਮੰਗਦਾ ਤਾਂ ਦੁੱਧ ਦੇ ਪੈਸੇ ਦੇਣੇ ਆ ਆਪਾਂ। ਹਮੇਸ਼ਾ ਹਮੇਸ਼ਾ ਤੈਨੂੰ ਘਰੇ ਬੁੜੀਆਂ ਨੇ ਐਂ ਕਿਹਾ ਹੋਊਗਾ ਵੀ ਮੈਂ ਉਹ ਤੋਂ ਪੈਸੇ ਫੜੇ ਆ, ਕਿਹਾ ਨਾ? ਤੇ ਫੇਰ ਤੂੰ ਹਿਸਾਬ ਕਿਉਂ ਨੀ ਲਾਉਂਦਾ? ਤੇਰੇ ਅੱਖਾਂ ਤੇ ਪੱਟੀ ਪਈ ਹੋਈ ਆ। ਉਹ ਤਾਇਆ, ਤੇਰੇ ਨਾ ਵੱਡੀ ਉਮਰ ਦਾ ਲੋਕ ਫਾਇਦਾ ਚੱਕੀ ਜਾਂਦੇ ਨੇ, ਫਾਇਦਾ। ਲੋਕ ਘਰੇ ਬੜਬੜ ਆਲਿਆਂ ਵਿੱਚ ਦੀ ਝਾਤੀਆਂ ਮਾਰਦੇ ਨੇ, ਝਾਤੀਆਂ। ਹੋਰ ਤੈਨੂੰ ਕਿਵੇਂ ਸਮਝਾਵਾਂ, ਤੂੰ ਵੱਡੇ ਥਾਂ ਲੱਗਦਾ ਮੇਰੇ। ਹੁਣ ਮੈਂ ਇੰਨੀਆਂ ਗੱਲਾਂ ਕਰਦਾ, ਮੈਨੂੰ ਸ਼ਰਮ ਆਉਂਦੀ ਆਪ ਨੂੰ। ਗੱਲ ਤਾਂ ਪੁੱਤ ਤੇਰੀ ਮੈਂ ਸਮਝ ਗਿਆ ਸਾਰੀ, ਪਰ ਕਰਾਂ ਕੀ ਹੁਣ ਮੈਂ? ਹੈ, ਜੇ ਉਹਨੂੰ ਕੁੱਟਦਾ ਮਾਰਨਾ ਚੱਕੂ ਚੁੰਨੀ ਭਾਜੂ, ਮੈਂ ਤਾਂ ਰੋਟੀ ਦਾ ਹੀਲਾ ਕੀਤਾ ਵਾ ਮੇਰਾ ਤਾਂ। ਹੈ, ਜੇ ਬਾਗੀ ਰੋਟੀ ਕਰਨੀ ਮਤਾਜ ਹੋ ਜੂੰਗਾ, ਕਿਹਦੇ ਚੁੱਲ੍ਹੇ ਕੰਨੀ ਝਾਕੂ ਮੈਂ? ਉਹ ਤਾਂ ਚੁੱਲ੍ਹੇ ਕੰਨੀ ਤਾਂ ਫੇਰ ਝਾਕੇਗਾ ਜੇ ਚੁੱਲ੍ਹਾ ਰਹੂਗਾ। ਤੁਹਾਨੂੰ ਜੀ ਰਲ ਕੇ ਨਾ ਉਹ ਉੱਚੇ ਦੋਧੀ ਜਾ, ਮੈਂ ਤਾਂ ਗੱਲ ਸਿੱਧੀ ਦੱਸਦਾ ਤੈਨੂੰ। ਤੇਰਾ ਚੁੱਲ੍ਹਾ ਚੱਕ ਕੇ ਲੈ ਜਾਣਗੇ, ਘਰੇ ਕੱਖ ਨੀ ਛੱਡਣਾ ਤੇਰੇ। ਮੈਂ ਮੰਨਦਾ ਤੇਰੀ ਹੁਣ ਮਜਬੂਰੀ ਆ, ਤੈਨੂੰ ਐਂ ਲੱਗਦਾ ਆਹ ਉਮਰ ਤੈਨੂੰ ਕਿਸੇ ਨੇ ਸਾਂਭਣਾ ਨੀ, ਅੱਗੇ ਪਿੱਛੇ ਕੋਈ ਹੈ ਨੀਗਾ ਵੀ ਜਿਵੇਂ ਠਾਕ ਠਾਕਾ ਵੱਜਦਾ ਚੱਲੀ ਜਾਵੇ। ਉਹੀ ਤਾਂ ਰੌਲਾ ਮੈਂ ਫਿਰ, ਤੇ ਫਿਰ ਤਾਂ ਯਾਰ ਇਹ ਚੀਜ਼ ਚੱਲੂ ਵੀ ਕਿੰਨਾ ਟਾਈਮ ਤੈਨੂੰ, ਤੂੰ ਆਪ ਦੇਖ ਲਾ। ਚੱਲ ਪੈਸਾ ਟਾਕਾ ਕੋਈ ਗੱਲ ਨੀ ਯਾਰ, ਤੁਸੀਂ ਸਾਡੇ ਦੁੱਧ ਲਾ ਲਓ ਹਨਾ, ਆਪਣੇ ਕੋਈ ਡਰ ਨੀ ਹੈਗਾ ਘਰਾਂ ਚ। ਪਰ ਤੂੰ ਐਂ ਤਾਂ ਹਿਸਾਬ ਲਾ ਲਾ, ਇੱਥੇ ਬਾਹਰ ਅੱਗੇ ਖੜਿਆ ਕੇ ਘੰਟਾ ਘੰਟਾ ਗੱਲਾਂ ਕਰੀ ਜਾਂਦੇ ਨੇ, ਤੈਨੂੰ ਕਿਹੜਾ ਤਾਇਆ ਹੁਣ ਪਤਾ ਨੀ ਲੱਗਦਾ ਗਲੀ ਵਾਲੇ ਬੰਦਿਆਂ ਚ ਕਿੰਨੀ ਸ਼ਰਮ ਆਉਂਦੀ ਹੈ? ਜਦੋਂ ਤੂੰ ਐਂ ਕਰ ਸ਼ੇਰਾ ਫਿਰ ਮੇਰਾ ਸਾਥ ਦੇ, ਲੈ ਸਾਥ ਦੇ। ਜਦੋਂ ਮੈਂ ਤੈਨੂੰ ਗੱਲਾਂ ਦੱਸਣ ਆ ਗਿਆ, ਮੈਂ ਤਾਂ ਆਪ ਤੈਨੂੰ ਕਹਿਣਾ ਹੈਗਾ ਵੀ ਤਾਇਆ ਕੁਛ ਕਰ, ਮੈਂ ਤੇਰੇ ਨਾਲ ਆ, ਜਸ ਤੈਨੂੰ ਕਾਹਦੀ ਲੋੜ ਆ। ਲੈ ਫਿਰ ਅੱਜ ਆਉਣ ਦੇ ਦੋਧੀ ਨੂੰ। ਹਾਂ ਠੀਕ ਹੈ। ਹਾਂ, ਜਦੋਂ ਦੋਧੀ ਉਧਰੋਂ ਮੋੜ ਮੁੜ ਆਇਆ, ਇੱਕ ਮਿੰਟ ਖੜ ਜਾ, ਮੋੜ ਕਾਹਦਾ ਮੁੜਿਆ? 5:22 ਹੋ ਗਏ। ਹਾਂ, ਸੀਰੇ ਕੇ ਹੋਊਗਾ, ਸੀਰੇ ਕਾ ਘਰ ਨਾਲ ਹੀ ਆ, ਆਇਆ ਨੇ 15 ਮਿੰਟਾਂ ਚ। ਐ ਕਰ ਫਿਰ, ਤਾਂ ਤੈਨੂੰ ਮੈਂ ਦੱਸਦਾ ਬੁੜੀਆਂ ਅੰਦਰ ਨੇ, ਅੰਦਰ ਆ ਤਾਂ ਹਨਾ, ਉਹਨਾਂ ਨੂੰ ਪਤਾ ਹੈ ਵੀ ਜੇ ਤੂੰ ਇੱਕ ਵਾਰੀ ਬਾਹਰ ਵੱਗ ਗਿਆ ਤਾਂ ਸਿੜ ਕੇ ਆਏਗਾ, ਤੂੰ ਘੱਟੋ 2 ਘੰਟੇ ਨਹੀਂ ਆਉਂਦਾ। ਨਹੀਂ ਆਉਂਦਾ, ਹਾਂ ਮੇਰੇ ਨਾਲ ਚੱਲ, ਘਰੇ ਐ ਲੱਗਣਾ ਵੀ ਉਹ ਤਾਂ ਵੱਗ ਗਿਆ, ਖੇਡਣ ਵੱਗ ਗਿਆ। ਹਾਂ, ਉਹਦਾ ਪੱਕਾ ਪਤਾ ਉਹਨਾਂ ਨੂੰ। ਹਾਂ ਹਾਂ ਹਾਂ, ਉਹ ਜਿਹੜਾ ਚੱਠਾ ਹੈ ਨਾ ਗੋਸ਼ੇ ਕਾਲਾ, ਉੱਥੇ ਬਹਿਨੇ ਆ, ਉੱਥੇ ਬਹਿ ਜਾ ਲੁੱਕ ਕੇ। ਚੱਲ ਫਿਰ, ਚੋਤਾ ਨਾ ਉੱਥੇ ਦੀਨਾ ਨੀਗਾ। ਹਾਂ, ਤੇ ਇਹਨੂੰ ਕਰਨ ਦੇ ਇੱਥੇ ਗੱਲਾਂ, ਚੱਲ ਗਏ। ਚੱਲ ਚੱਲ ਆ, ਚੱਲ ਫਿਰ, ਲੰਘ ਗਿਆ ਲੰਘ ਗਿਆ। ਮੈਂ ਕਮਾ, ਹਾਂ ਬੋਲ ਮਾਰਦੇ ਬੋਲ ਮਾਰਦੇ। ਮੈਂ ਜਾਣਾ 7 ਚ, ਘੰਟਾ ਡੇਢ ਘੰਟਾ ਤੱਕ ਮੜੂੰਗਾ। ਚੰਗਾ, ਠੀਕ ਹੈ, ਵਗ ਜਾ। ਹਾਂ, ਉਹ ਮੱਝ ਜੀ ਵੀ ਦੇਖ ਕੇ ਆਵਾਂਗੇ ਜੀ, ਸਾਨੂੰ ਟਾਈਮ ਲੱਗ ਸਕਦਾਗਾ। ਆਇਆ ਤਾਂ ਆਇਆ, ਲੰਘ ਗਿਆ। ਚੱਲ ਪੁੱਤ, ਚੱਲ ਠੀਕ ਹੈ। ਮੈਂ ਤਾਂ ਕੱਪੜੇ ਧੋਈ ਜਾਂਦੀ ਸੀ। 5 ਕਿਲੋ ਦੁੱਧ ਹੈ,
ਦਹੀਂ ਇਹਦੇ ਚ ਹੀ ਜਮਾ ਲਈ, ਨਾਲੇ ਮੂੰਹ ਮਾਹ ਤੇ ਲਾ ਲਿਆ ਕਰ, ਮਾੜੀ ਮੋਟੀ ਗੋਰੀ ਹੋ ਜਾਏਗੀ। ਆਏ ਨਾ ਮੇਰੇ ਹੱਥ ਨਾ ਲਾਇਆ ਕਰੋ, ਕਿਸੇ ਨੂੰ ਸ਼ੱਕ ਹੋ ਜੂ ਜਾਣੀ। ਸ਼ੱਕ ਕੌਣ ਦੇਖਦਾ ਇੱਥੇ, ਚੱਲ ਆ ਜਾਓ ਬਹਿ ਜਾਓ, ਚਾਹ ਪੀਓਗੇ? ਦਿਮਾਗ ਡਲ ਹੋਇਆ ਪਿਆ ਕੱਲ ਦਾ, ਮੈਨੂੰ ਲੱਗਦਾ ਮਸ਼ੀਨ ਨੂੰ ਕੁਛ ਹੋ ਗਿਆ। ਫੇਰ ਹੀ ਧੋਊਂਗੀ, ਪਹਿਲਾਂ ਤੇਰੇ ਨਾਲ ਗੱਲਾਂ ਕਰ ਲਾ। ਕਿੱਧਰ ਨੂੰ ਗਿਆ ਬਿਮਾਰੀ ਦਾ ਮਾਲ ਜਾ, ਅੱਜ ਬੜਾ ਉੱਠਿਆ ਫਿਰਦਾ ਇਹ, ਹੈ ਐ ਤੁਰਦਾ ਸੀ ਜਿਵੇਂ ਪਾਥੀਆਂ ਦੇ ਕੁੱਕੜ ਤੁਰਦਾ ਹੁੰਦਾ ਹੈ। ਸੋਹਣਾ ਉਹਦਾ ਮਜ਼ਾਕ ਨਾ ਡਾਇਆ ਕਰ, ਆਪਣੀ ਗੱਲ ਕਰਿਆ ਕਰ ਕੋਈ। ਉਹ ਹੋਰ ਮੈਨੂੰ ਨਾ ਇੰਨੀ ਖੁਸ਼ੀ ਹੋਈ, ਮੈਂ ਕਿਹਾ ਘਰੋਂ ਬਾਹਰ ਜਾਣ ਲੱਗ ਗਿਆ, ਇਹਨੂੰ ਸ਼ਹਿਰ ਸ਼ੂਰ ਵੀ ਤੋਰ ਦਿਆ ਕਰ। ਉਹ ਤਾਂ ਠੀਕ ਆ, ਖੜ ਜਾ ਤਾ 2 ਮਿੰਟ, ਇਹਨਾਂ ਨੂੰ ਕਰਨ ਦੇ ਹੋਰ ਗੱਲਬਾਤ। ਹੋਰ ਮੈਥੋਂ ਜਰਾ ਨਹੀਂ ਜਾਂਦਾ, ਐ ਕੋਲੇ ਬੈਠਾ ਭਰਾ। 2 ਮਹੀਨੇ ਹੋ ਗਏ ਇਹਨੂੰ ਗੱਲਾਂ ਕਰਦੇ ਨੂੰ, ਉਹ ਤਾਂ ਤੂੰ ਬਥੇਰਾ ਜਰੀ ਗਿਆ। ਪਹਿਲਾਂ ਮੈਨੂੰ ਪਤਾ ਹੀ ਨਹੀਂ ਸੀ, ਹੁਣ 5 ਮਿੰਟ ਨਾਲ ਤੇਰੇ ਚਲੂਣੇ ਚੜ੍ਹ ਤਾ, ਖੜ ਜਾ ਕਰਤਾ ਯਾਰ ਤੂੰ, ਉਹ ਨਾ ਕਰਾਇਆ ਕਰ, ਮੈਂ ਭੁੱਲ ਜਾਂਦਾ ਵੀ ਮੇਰਾ ਤਾਂ ਲੱਗਦਾ ਤੂੰ ਰੇਲ ਪੂਰੀ ਬਣਾਉਣੀ ਆ। ਤੂੰ ਟੈਨਸ਼ਨ ਨਾ ਲੈ, ਇਹਦਾ ਪਨੀਰ ਜਾਂ ਮੈਂ ਪਾੜੂੰਗਾ, ਜਿਹੜਾ ਲੋਕਾਂ ਨੂੰ ਪਿਆਉਂਦਾ ਨਾ ਇਹ ਪਾਣੀ ਵਾਲਾ ਦੁੱਧ, ਅੱਜ ਇਹਦਾ ਪਾਣੀ ਮੈਂ ਕੱਢੂ। ਚੱਲ ਗੇਟ ਤਾਂ ਬੰਦ ਕਰਿਆ, ਚੋਲ ਮੂਲ ਕਰ ਲਾਂਗੇ ਮੇਰੇ। ਉਹ ਲੈ 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 ਲੈ, ਅਸੀਂ ਲਾਉਣਾ ਸੱਬਲ, ਤੂੰ ਕਿਉਂ ਤੰਗ ਹੋਣਾ, ਖੜ ਜਾ 1 ਮਿੰਟ ਦਾ ਮਾਰ ਕੇ ਲਾਓ ਆ ਨੌਕਰ ਸਿਆਸੀ ਦਾ। ਖੜ ਜੋ ਖੜ ਜੋ, ਸਾਹਿਬ ਵਿੱਚ ਰਹਿ ਗਿਆ, ਸਾਰਾ ਕੁਝ ਦੇਵਾਂਗੇ। ਚੱਲ ਐ ਕਰ ਤੂੰ ਜਾ ਅੰਦਰ, ਠੀਕ ਹੈ ਨਾ, ਇਹਨਾਂ ਹਿਸਾਬ ਕਰਕੇ ਇਹਨੂੰ ਮੈਂ ਦਿੰਦਾ ਪੈਸੇ, ਹੈਗੇ ਮੇਰੇ ਕੋਲ ਜੇਬ ਚ। ਆਏ ਕਿ ਮੈਂ ਮੈਂ ਨਹੀਂ ਜਾਂਦੀ, ਮੇਰੇ ਸਾਹਮਣੇ ਦੇ ਦੋ ਪੈਸੇ। ਹਿਸਾਬ ਤਾਂ ਸਮਝ ਲਿਆ ਸੀ ਨਾ? ਹਾਂ ਹਾਂ ਸਮਝ ਲਿਆ ਸੀ, ਬਸ ਇੰਨੇ ਕਿ ਸਾਰੇ ਹਿਸਾਬ ਦਾ ਪਤਾ। ਤੂੰ ਚੁੱਪ ਕਰ ਓਏ, ਤੂੰ ਅੰਦਰ ਵਗ ਜਾ, ਪੈਸੇ ਹੈਗੇ ਮੇਰੇ ਕੋਲ। ਕੋਈ ਨਾ ਫੇਰ ਲੈ, ਨਹੀਂ ਫੇਰ ਬਹਿ ਜਾ ਬੈਠੇ। ਹਾਂ ਹੁਣ ਦੱਸ ਤੇਰਾ ਕੀ ਹਿਸਾਬ ਕਰਾਉਗਾ ਨਾ, ਮੇਰੀ ਗੱਲ ਸੁਣ ਓਏ। ਜੇ ਇੱਥੇ ਜੀ 5 ਮਿੰਟ ਦੁੱਧ ਲੈਣ ਵਾਸਤੇ ਲੇਟ ਹੋ ਜਾਈਏ, ਤੂੰ ਇੱਥੇ ਗਲਾ ਪਾੜਨ ਲੱਗ ਜਾਣਾ, ਇੱਥੇ ਤੂੰ ਘਰੇ ਦੁੱਧ ਘਰੇ ਫੜਾਉਣ ਤੱਕ ਜਾਣਾ। ਬਾਈ ਪੈਸੇ ਤਾਂ ਲੈਣੇ ਆ, 8000 ਬਣਿਆ ਪਿਆ ਮੇਰਾ, ਇੰਨਾ ਕੰਨੀ। ਅੱਛਾ ਪਹਿਲਾਂ ਤੇਰੀਆਂ ਅੱਖਾਂ ਫੁੱਟੀਆਂ ਸੀ, ਹੈਂ ਤੈਨੂੰ ਪੈਸੇ ਨਹੀਂ ਦੇਖੇ, ਹੁਣ ਸੱਬਲ ਦੇਖਣਾ ਲੱਗੀ ਹੋਈ ਹੈ। ਦੁੱਧ ਨਾਲ ਪੈਸੇ ਵੀ ਸੈਂਡ ਕਰ ਜਾਂਦਾ ਸੀ, ਹੁਣ 8000 ਬਣ ਗਿਆ ਤੇਰਾ। ਉਹ ਤੇਰਾ ਕਰਕੇ ਦੇਦੇ ਬਾਈ, ਮੇਰਾ ਵੱਡਾ ਭਰਾ ਬਿਮਾਰ ਹੈ। ਹਾਂ ਹਾਂ ਹਾਂ, ਐ ਨਹੀਂ ਪੁੱਤ ਲੋਕਾਂ ਦਾ ਇਹ ਨਾ, ਤੂੰ ਖੜ ਜਾ ਤਾਇਆ। ਉਹ ਮੈਂ ਜਦੋਂ ਮੈਂ ਬਾਅਦ ਚ ਦੇਖ ਲਿਆ ਸੀ ਨਾ, ਸਰਪੰਚ ਨੂੰ ਮੈਂ ਕਰਤਾ ਮੈਸੇਜ, ਆਉਂਦਾ ਹੈ ਉਹਦੇ ਸਾਹਮਣੇ ਲਾਵਾਂਗੇ। ਤਾਂ ਤੁਸੀਂ ਨਹੀਂ ਦੇਣੇ ਨਾ, ਲੋ ਨਹੀਂ ਨਹੀਂ ਜਾਣ ਦੋ ਯਾਰ, ਨਾ 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 ਨਾ, ਪਿੱਛੇ ਕੱਢਣਾ, ਕੋਈ ਨਾ ਰੱਖ ਲੋ, ਕੋਈ ਨਹੀਂ ਨਹੀਂ, ਟੈਨਸ਼ਨ ਨਾ ਲੈ, ਤੈਨੂੰ ਕੁੱਤਾ ਮਾਰਾਂਗੇ, ਤੇਰੇ ਕੋਈ ਹੱਥ ਨਹੀਂ ਲਾ ਸਕਦਾ, ਤੇਰੇ ਡਾਂਗਾ ਲੱਤੀ ਪੈਣੀ ਹੈ ਹੁਣ, ਟੈਨਸ਼ਨ ਨਾ ਲੈ ਤੂੰ, ਤੈਨੂੰ ਬੰਨ ਕੇ ਕੁੱਟਾਂਗੇ ਸੀ ਇੱਥੇ। ਬਾਈ ਕਸੂਰ ਤਾਂ ਦੱਸੋ ਕੀ ਆ ਮੇਰਾ? ਹਾਂ ਤੇਰਾ ਕਾਹਨੂੰ ਕਸੂਰ ਹੈ? ਉਹ ਵੀ ਦੱਸਾਂਗੇ ਵੀ ਕੀ ਕਸੂਰ ਸੀ। ਨਾ ਤੂੰ ਤੇ ਬਾਹਰ ਚ ਖੜ ਕੇ ਅਗਲੀ ਨਾਲ ਗੱਲਾਂ ਕਰਦਾ ਤਾਇਆ, ਇਹਨੂੰ ਮੈਂ ਗੱਲ ਚ ਬੋਲਦਾ ਚੰਗਾ ਨਹੀਂ ਲੱਗਦਾ, ਤੂੰ ਕਹਿ ਫਿਰ ਕਹੂਗਾ ਮੈਨੂੰ, ਕਹੂਗਾ ਕੱਲ ਨੂੰ ਤੈਨੂੰ ਉਹਨਾਂ ਦੀ ਗੱਲ ਚ ਉਂਗਲਾਂ ਲਾਈਆਂ। ਘੰਟਾ ਘੰਟਾ ਤੇ ਮੇਰੀ ਟੀਮ ਨਾਲ ਗੱਲਾਂ ਮਾਰੀ ਜਾਂਦਾ ਸੀ, ਉਹ ਵੱਡੇ ਬਾਈ ਉਹ ਤਾਂ ਦੁੱਖ ਸੁੱਖ ਪ੍ਰੋਬਲਮ ਸੀ ਤੇਰੇ ਬਾਰੇ, ਤੁਸੀਂ ਭੋਜ ਕੁੜੀ ਸੀ ਉਹ। ਤਾਇਆ ਐਂ ਕਰ, ਇਹਨਾਂ ਦੇ ਘਰੇ 2-2 ਘੰਟੇ ਇਹਨਾਂ ਦੀ ਬੁੜੀ ਨਾਲ ਗੱਲਾਂ ਕਰਿਆ ਕਰ, ਦੁੱਖ ਸੁੱਖ ਫਰੋਲ ਕੇ ਆਇਆ ਕਰ, ਇਹਨੂੰ ਪਤਾ ਲੱਗੂ ਮਾੜਾ ਮੋਟਾ ਕਿਵੇਂ ਲੱਗਦਾ ਹੁੰਦਾ ਗਾ। ਹਾਂ ਲੱਕੀ ਜੇ ਸਰਪੰਚ ਆ ਗਿਆ ਨਾ, ਉਹ ਛੁਡਾ ਦੇ, ਉਹਨੂੰ ਰਾਜੀ ਬੰਦਾ ਕਰਾਊਗਾ, ਤੇ ਉਸ ਤੋਂ ਪਹਿਲਾਂ ਇਹਦਾ ਮਾਨਤਾਨ ਕਰ ਦਈਏ ਆਪਾਂ ਨਾ। ਗੱਲ ਤਾਂ ਤੇਰੀ ਠੀਕ ਹੈਗੀ, ਉਹਨਾਂ ਕ ਮਾਨਤਾਨ ਤਾਂ ਬਣਦਾ, ਕਿਉਂ ਹੋਏ ਸਣੀ ਕਿਉਂ ਆਇਆ ਨਾ, ਸਰਪੰਚ ਆ ਗਿਆ ਉਹਦਾ ਛੁਡਾਊਗਾ, ਇਹਨੂੰ ਸਿੱਧਾ ਮਿਲ ਜਾਏ ਉਹਨੂੰ। ਬਹੁਤ ਹੋ ਗਈ ਬਗ ਜਾਣ ਦੇ, ਭੱਜ ਗਿਆ ਯਾਰ। ਤੂੰ ਤਾਂ ਮੇਰੀ ਗੱਲ ਸੁਣ,
ਤੂੰ ਅੰਦਰ ਜਾ ਕੇ ਪਹਿਲਾਂ ਉਹਦੇ ਨਾਲ ਗੱਲ ਕਰ ਘਰੇ ਬੁੜੀਏ ਨਾਲ, ਗਲਤੀ ਦੋਹੇ ਪਾਸੇ ਹੁੰਦੀ ਆ, ਉਹਨੂੰ ਕਹਿ ਜਾ ਕੇ ਮੁੜ ਕੇ ਘਰੇ ਨਾ ਵੜੇ, ਉਹਦੇ ਨਾਲ ਤਾਂ ਹੋ ਗਈ ਜੇ ਇੰਨੀ ਕੁ ਹੋਣੀ ਸੀਗੀ, ਜੇ ਅਗਲੀ ਵਾਰ ਆਊਗਾ ਸਿੱਧਾ ਵੱਢਾਂਗੇ ਮੇਰੇ ਸਾਲੇ ਨੂੰ, ਤੂੰ ਜਾ ਚਾਰ ਉਹ ਵੀ ਪੁੱਛਦਾ ਮੈਂ ਚੱਲ ਦਾਂਗਾ, ਮੇਰਾ ਵੀ ਬੈਰ ਪਵਾਦਾ ਤੂੰ ਤਾਂ ਉਹਦੇ ਨਾਲ, ਮੈਂ ਵੀ ਦੁੱਧ ਲੈ ਲੈਂਦਾ ਸੀ ਤੂੰ ਕਦੇ। ਹਾਂ ਹੁਣ ਤੂੰ ਦੱਸ ਕੀ ਹਿਸਾਬ ਕਿਤਾਬ ਆ ਤੇਰਾ, ਦੱਸ ਕਰਾ। ਮੇਰੀ ਗੱਲ ਤਾਂ ਸੁਣ ਲਓ, ਪਰ ਮੇਰੇ ਮਾਰਿਓ ਨਾ, ਠੀਕ ਹੈ ਨਾ? ਨਾ ਮਾਰਾ ਨਾ ਤੈਨੂੰ, ਹੋਰ ਖੰਡ ਪਾਉਣਾ ਮੈਂ, ਤੂੰ ਨਾ ਤੂੰ ਨਜਾਇਜ਼ ਫਾਇਦਾ ਖਾਣੀ ਹੈ ਮੇਰਾ, ਠੀਕ ਹੈ ਨਾ? ਜਿਹੜਾ ਬੰਦਾ ਨਜਾਇਜ਼ ਫਾਇਦਾ ਖਾਵੇ ਉਹਨੂੰ ਨਰਕਾਂ 'ਚ ਵੀ ਧੋਈ ਨਹੀਂ ਮਿਲਦੀ, ਸਵਰਗਾਂ 'ਚ ਤੁਹਾਨੂੰ ਜਾਣੇ ਕੀ ਹੈ। ਜੇ ਰੱਬ ਨੂੰ ਪਹਿਲੇ ਸਾਰਾ ਕੁਛ ਪਤਾ ਹੋਵੇ ਨਾ, ਫਿਰ ਰੱਬ ਕਿਉਂ ਨਰਕ ਦਊਗਾ? ਨਾਲੇ ਜਿਹੜੀ ਤੁਹਾਡੀ ਸੋਚ ਹੈ ਨਾ ਉਹ ਗਲਤ ਹੈਗੀ, ਮੈਂ ਉਹਦੇ ਨਾਲ ਗਲਤ ਕੋਈ ਨਹੀਂ ਸੀਗੀ। ਲੈ ਅਜੇ ਮੇਰੇ ਸਾਜੇ ਮੁੱਕਰ ਦੀ ਅੱਧੇ ਘੰਟਾ ਘੰਟਾ ਉਹ ਗੱਲਾਂ ਮਾਰੀ ਸੀ ਬਾਅਦ ਛੇੜੇ ਵਾਲਾ। ਮੇਰਾ ਯਕੀਨ ਤਾਂ ਮੰਨੋ, ਮੈਂ ਗਲਤ ਨਹੀਂ ਸੀਗੀ। ਮੰਨਦੀ ਨਹੀਂ ਮੇਰੇ ਸਾਜ ਨੂੰ ਡਾਂਗ ਲੈਣਾ ਚਾਹ ਕੇ। ਨਹੀਂ ਮੇਰੀ ਗੱਲ ਸੁਣ, ਮੈਨੂੰ ਮੰਮੀ ਦੀ ਸੌਣ ਲੱਗੇ, ਮੈਂ ਗਲਤ ਨਹੀਂ ਸੀਗੀ ਉਹਦੇ ਨਾਲ। ਮੰਮੀ ਦੀ ਸੌਣ ਲੱਗੇ? ਹਾਂ ਮੰਮੀ ਦੀ ਸੌਣ ਤਾਂ ਤੂੰ ਝੂਠੀ ਵੀ ਨਹੀਂ ਖਾਂਦੀ, ਗੱਲ ਦੱਸ ਫਿਰ ਕੀ ਆ? ਗੱਲ ਪਤਾ ਕੀ ਆ, ਇਹਨੇ ਨਾ ਮੇਰੀ ਭੈਣ ਦਾ ਪਲਾਟ ਨੱਪ ਲਿਆ ਸੀਗਾ। ਅਰੋਜੀ ਨੇ? ਹਾਂ। ਤੇਰੀ ਭੈਣ ਕਿਹੜੀ ਆ ਗਈ ਹੁਣ, ਕਿਹੜੇ ਪਲਾਟ ਨੱਪ ਲੈਣੇ? ਭੈਣ ਜ਼ਰੂਰੀ ਨਹੀਂ ਹੁੰਦਾ ਵੀ ਖੂਨ ਦੇ ਰਿਸ਼ਤੇ ਖੂਨ ਦੇ ਹੁੰਦੇ ਨੇ, ਸੀਗੀ ਮੇਰੀ ਕੋਈ ਚੁੰਨੀ ਵੱਟ ਸਹੇਲੀ ਭੈਣ ਬਣੀ ਵੀ, ਉਹਦਾ ਪਲਾਟ ਨੱਪ ਲਿਆ ਸੀ ਧੋਖੇ ਨਾਲ ਨਾ, ਉਹਦਾ ਪਲਾਟ ਹੀ ਹੜੱਪ ਗਿਆ ਕੰਜਰ ਇਹ, ਮੈਂ ਨਾ ਉਹਦਾ ਬਦਲਾ ਲੈਣਾ ਸੀ। ਮੈਂ ਉਹਨੂੰ ਕਹਿ ਤਾ ਸੀਗਾ ਵੀ ਕੋਈ ਗੱਲ ਨੀ, ਤੇਰਾ ਗਰੀਬਣੀ ਦਾ ਖਾਧਾ ਗਾ, ਵਾਪਸ ਮੜਾ ਦੂੰਗੀ ਸਾਰਾ ਕੁਛ, ਪਰ ਤੁਸੀਂ ਤਾਂ ਕੁਛ ਹੋਰ ਹੀ ਸੋਚਦੇ ਰਹੇ। ਮੈਨੂੰ ਕੀ ਲੋੜ ਸੀ ਉਹਦੇ ਮੂੰਹ ਲੱਗਣ ਦੀ? ਇੱਕ ਤੁਸੀਂ ਤਾਂ ਨਾ ਮੇਰਾ ਸਾਰਾ ਪਲਾਨ ਖਰਾਬ ਕਰਤਾ, ਕਿਤੇ ਕਿਰਾਏ ਤੇ ਪਾਣੀ ਫੇਰਤਾ, ਜਿੰਨੀ ਮਿਹਨਤ ਕੀਤੀ ਸੀ ਸਾਰੀ ਮੇਰੀ ਖੇਹ ਖਰਾਬ ਗਈ। ਹੁਣ ਦੱਸ ਮੈਂ ਉਹਨੂੰ ਕੀ ਕਹੂੰਗੀ ਵਿਚਾਰੀ ਨੂੰ, ਉਹਦੇ ਨਾਲ ਮੈਂ ਵੱਡੇ ਵੱਡੇ ਵਾਅਦੇ ਕੀਤੇ ਹੋਏ ਸੀ। ਮੇਰੀ ਗੱਲ ਸੁਣ, ਉਹਨੂੰ ਮੂਡ ਖਰਾਬ ਨਾ ਕਰਾਦਾ, ਠੀਕ ਹੈ ਨਾ? ਜੇ ਤੂੰ ਮੈਨੂੰ ਪਹਿਲਾਂ ਹੀ ਸਾਰੀ ਆਹ ਗੱਲ ਦੱਸੀ ਹੁੰਦੀ ਤਾਂ ਆਪਾਂ ਦੋਵੇਂ ਜਣੇ ਰਲ ਕੇ ਉਹਦੇ ਪਲਾਟ ਛਡਾਉਂਦੇ, ਬਦਲਾ ਲੈਂਦੇ ਦੋਨੇ ਜਣੇ ਆਪਾਂ ਰਲ ਕੇ ਉੱਥੋਂ, ਤੂੰ ਪਹਿਲਾਂ ਕਿਉਂ ਨਾ ਦੱਸਾਂ ਮੈਨੂੰ? ਕਈ ਗੱਲਾਂ ਨਾ ਅੱਜ ਕੱਲ ਸਮਾਜ ਤੋਂ ਡਰ ਤੋਂ ਵਜ੍ਹਾ ਕਰਕੇ ਨਾ, ਜਾਂ ਘਰਦਿਆਂ ਦੀ ਵਜ੍ਹਾ ਕਰਕੇ ਜਨਾਨੀਆਂ ਨਾ ਆਪਦੀ ਪੂਰੀ ਗੱਲ ਬੰਦਿਆਂ ਦੇ ਸਾਹਮਣੇ ਰੱਖ ਹੀ ਨਹੀਂ ਪਾਉਂਦੀਆਂ। ਜਨਾਨੀਆਂ ਨੂੰ ਤਾਂ ਇਹ ਰੱਖਿਆ ਜਾਂਦਾ ਵੀ ਤੂੰ ਪੈਰ ਦੀ ਜੁੱਤੀ ਆ, ਤੂੰ ਘਰ ਦਾ ਕੰਮ ਕਰਨ ਵਾਲੀ ਆ, ਤੂੰ ਇਹ ਕੁਛ ਕਰ ਹੀ ਨਹੀਂ ਸਕਦੀ, ਜਨਾਨੀ ਨੂੰ ਸਮਝਦਾ ਕੌਣ ਆ? ਪਹਿਲਾਂ ਮੈਨੂੰ ਇਹ ਤਾਂ ਦੱਸ ਦੋ। ਇਹ ਜਨਾਨੀ ਨੂੰ ਨਾ ਪੈਰ ਦੀ ਜੁੱਤੀ ਪਹਿਲਾਂ ਸਮਝਿਆ ਜਾਂਦਾ ਸੀ ਪੁਰਾਣੇ ਸਮਿਆਂ 'ਚ, ਅੱਜ ਕੱਲ੍ਹ ਤਾਂ ਜਨਾਨੀ ਬੰਦੇ ਦੇ ਬਰਾਬਰ ਹੈ। ਤੂੰ ਵੀ ਹੁਣ ਮੇਰੇ ਤੇ ਕਿੰਨਾ ਕੁ ਭਰੋਸਾ ਕੀਤਾ ਸੀ, ਕੋਈ ਗੱਲ ਸੁਣੀ ਨਹੀਂ ਸੁਣੀ ਨਾ? ਇਹੀ ਹੁੰਦਾ ਹੈ ਸ਼ੱਕ ਨਾ ਵੱਡੇ ਵੱਡੇ ਘਰ ਬਰਬਾਦ ਕਰ ਦਿੰਦਾ। ਮੈਂ ਤੈਨੂੰ ਫੇਰ ਵੀ ਜੇ ਤੂੰ ਮੈਨੂੰ ਪਹਿਲਾਂ ਦੱਸੀ ਹੁੰਦੀ ਗੱਲ ਫਿਰ ਆ ਕਲੇਸ਼ ਨਹੀਂ ਸੀ ਪੈਂਦਾ ਨਾ। ਚਲੋ ਛੱਡੋ, ਹੁਣ ਤਾਂ ਜਿਹੜਾ ਕੁਝ ਹੋਣਾ ਸੀ ਹੋ ਗਿਆ। ਚਲ ਬੇਫਿਕਰ ਰਹਿ ਤੂੰ, ਹੁਣ ਹੁਣ ਸਾਰੀ ਕਹਾਣੀ ਦਾ ਮੈਨੂੰ ਪਤਾ ਲੱਗ ਗਿਆ ਨਾ, ਹੁਣ ਇਹਦੀ ਜ਼ਿੰਮੇਵਾਰੀ ਮੇਰੀ ਹੈ। ਉਹ ਜਿਹੜਾ ਪਲਾਟ ਹੈ ਨਾ ਮੇਰੀ ਸਾਲੀ ਦਾ, ਉਹ ਮੈਂ ਛਡਾ ਕੇ ਦਊਂ ਇਥੋਂ, ਆ ਜਿਹੜਾ ਕੰਜਰ ਨੇ ਨੱਪੇ ਨੇ ਦੋਤੀ ਨੇ। ਸੱਚੀ ਦਵਾ ਦੋਗੇ? ਹਾਂ ਬੇਫਿਕਰ ਰਹਿ ਹੁਣ ਤੂੰ, ਠੀਕ ਹੈ? ਹਾਂ ਸਾਰਿਆਂ ਦਾ ਪਹਿਲਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਕਿਵੇਂ ਦੀ ਲੱਗੀ ਵੀਡੀਓ? ਜੇ ਵਧੀਆ ਲੱਗੀ ਤਾਂ ਕਮੈਂਟ ਲਾਜ਼ਮੀ ਕਰਿਆ ਕਰੋ ਅਤੇ ਸਾਡੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਅਤੇ ਲਾਈਕ। ਜਿਹੜੇ ਵੀਰ ਸਾਨੂੰ ਵੀਡੀਓ 'ਤੇ ਕਮੈਂਟ ਕਰਦੇ ਨੇ ਉਹਨਾਂ 'ਚ ਨਾਮ ਬੋਲਣ ਲੱਗਿਆਂ, ਅਣਮੋਲ, ਹਰਵਿੰਦਰ ਸਿੰਘ, ਜੱਟ ਫਿਲਮੀ, ਪਿੰਕੀ ਰਾਣੀ, ਸੁਖਰਾਜ ਸਿੰਘ, ਭੋਲਾ ਗਿੱਲ, ਮੋਹਰ ਸਿੰਘ ਅਤੇ ਸੰਦੀਪ ਬਈ, ਤੁਹਾਡਾ ਬਹੁਤ ਬਹੁਤ ਧੰਨਵਾਦ ਹੈ। ਅਤੇ ਹੋਰ ਦੇ ਵੀ ਬੋਲਦੇ ਹਾਂ ਜੀ, ਦੋ ਚਾਰ ਹੋਰ ਹੈਗੇ ਆ।
ਹਰਜੀਤ ਕੌਰ, ਹਰਵਿੰਦਰ ਸਿੰਘ ਬਈ, ਇਹ ਤੁਹਾਡਾ ਦੋ ਤਿੰਨ ਵਾਰੀ ਨਾਮ ਆ ਗਿਆ। ਤੇਰਾ ਬਈ ਬਹੁਤ ਬਹੁਤ ਧੰਨਵਾਦ, ਦੋ ਸਾਰ ਪੀੜ੍ਹੀ ਤੋਂ ਦੇਖਦੇ ਹਾਂ, ਲਾਇਕ ਕਰਦਾ, ਕਮੈਂਟ ਕਰਦਾ, ਸ਼ੇਅਰ ਕਰਦਾ, ਤੇਰਾ ਬਹੁਤ ਬਹੁਤ ਧੰਨਵਾਦ ਹੈ। ਅਤੇ ਅਨਮੋਲ ਵੀ, ਇਹਨਾਂ ਦੀ ਬਹੁਤ ਬਹੁਤ ਧੰਨਵਾਦ। ਜਸਵੰਤਰ ਕੌਰ, ਜਸਵੰਤ ਕੌਰ ਵੀ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ। ਹਰਵਿੰਦਰ ਸਿੰਘ ਜੀ, ਬਹੁਤ ਵਧੀਆ ਤੁਹਾਡੀਆਂ ਵੀਡੀਓ ਕਮੈਂਟ, ਬਹੁਤ ਸੋਹਣੇ ਸੋਹਣੇ ਲੱਗਦਾ ਬਈ, ਤੇਰਾ ਬਹੁਤ ਬਹੁਤ ਧੰਨਵਾਦ। ਹਰ ਵੀਡੀਓ 'ਤੇ ਕਮੈਂਟ ਆਉਂਦਾ ਬਈ, ਤੇਰਾ ਬਹੁਤ ਬਹੁਤ ਧੰਨਵਾਦ। ਅਤੇ ਸੁਖਰਾਜ ਸਿੰਘ ਜੀ, ਅਤੇ ਮਨਜੀਤ ਕੌਰ ਜੀ, ਅਤੇ ਹਰਵਿੰਦਰ ਸਿੰਘ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਦਿਲੋਂ ਜੀ, ਸੱਚੇ ਦਿਲੋਂ। ਹਾਂਜੀ, ਥੈਂਕ ਯੂ। ਇਸ ਤਰ੍ਹਾਂ ਸਾਡੀ ਵੀਡੀਓ ਨੂੰ ਕਮੈਂਟ ਕਰਿਆ ਕਰੋ, ਸ਼ੇਅਰ ਕਰਿਆ ਕਰੋ, ਅਤੇ ਵੱਧ ਤੋਂ ਵੱਧ ਸਪੋਰਟ ਕਰੋ। ਜੇ ਤੁਸੀਂ ਸਪੋਰਟ ਕਰੋਗੇ ਤਾਂ ਅਸੀਂ ਵਧੀਆ ਵਧੀਆ ਵੀਡੀਓ ਲਿਆਵਾਂਗੇ। ਜੇ ਮੈਨੂੰ ਪਸੰਦ ਕਰਦੇ ਮੇਰੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ, ਸਾਰਿਆਂ ਦਾ ਮੈਨੂੰ ਕਰਦੇ ਨਹੀਂ ਹੈਗੇ ਪਸੰਦ, ਕਰਨਗੇ ਤੈਨੂੰ ਜੀ, ਸਤਿ ਸ਼੍ਰੀ ਅਕਾਲ ਜੀ।